निगल ਲੈਣਾ ਹੈ ਪੌਂਡ ਡਾਲਰਾਂ ਤੇਰਾ ਅੰਬਾਂ ਵਾਲਾ ਦੇਸ਼ ਨਿਮਾਏ ਵਿੱਚ ਸੰਦੂਕਾਂ ਰਹਿ ਜਾਣੇ ਨੇ ਤੇਰੇ ਦਰੀਆਂ ਖੇਸ ਨਿਮਾਏ ਜਾਂ ਮਿੱਟੀ ਨਿੰਮਹੀ ਹੋ ਗਈ ਜਾਂ ਹੋ ਗਿਆ ਬਹੁਤ ਕੁਸੈੜਾ ਪਾਣੀ ਤੇਰਾ ਹਰ ਇੱਕ ਪੁੱਤ ਚਾਉਂਦਾ ਹੈ ਦੁਰ ਜਾਣਾ ਪਰਦੇਸ ਨਿਮਾਏ ਜੋ ਰੈਤ ਨੂੰ ਦੇਵੇ ਰਾ ਸੱਚ ਦਾ ਜੋ ਵਿਖਾਵੇ ਰਾ ਕਿੰਨੇ ਵਕਤ ਤੋਂ ਟੂੰਡ ਰਹੇ ਹਾਂ ऐसा कोई दरवेश ਨਹੀਂ ਮਾਇ ਦਨ ਮਿਊਟ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਗੁਰਨੀਤ ਅਦੀਬ ਅਜੀਜ਼ ਦੋਸਤੋ ਹਾਲ ਹੀ ਦੇ ਵਿੱਚ ਅਧਿਆਪਕ ਦਿਵਸ ਟੀਚਰਸ ਡੇ ਲੰਘ ਕੇ ਹਟਿਆ ਹੈ ਔਰ ਦੁਨੀਆ ਭਰ ਦੇ ਵਿੱਚ ਇਸ ਦਿਨ ਮੁਤਲਕ WhatsApp ਤੇ سوشل میڈیا ਤੇ ਸਟੇਟਸ ਅਪਲੋਡ ਕੀਤੇ ਜਾ ਰਹੇ ਨੇ ਔਰ ਜਸ ਸ਼ੇਅਰ ਦੇ ਨਾਲ ਮੈਂ ਪ੍ਰੋਗਰਾਮ ਦਾ ਆਗਾਜ਼ ਕੀਤਾ ਹੈ ਯਕੀਨਨ ਉਹ ਪੰਜਾਬ ਦੀ ਭਾਰਤ ਦੀ ਤਲਕ ਹਕੀਕਤ ਹੈ ਕਿ ਆਪਣਾ ਇੱਕ ਖੂਬਸੂਰਤ ਦੇਸ਼ ਛੱਡ ਕੇ ਆਪਣਾ ਸੋਹਣਾ ਪੰਜਾਬ ਕਿ ਕਿਉਂ ਬੱਚੇ ਬਾਹਰ ਜਾਣ ਦੇ ਲਈ ਮਜਬੂਰ ਨੇ ਕੀ ਕੁਝ ਖਾਸ ਕਿਸਮ ਦੇ ਕਾਰਨ ਰਹੇ ਨੇ ਕਿ ਅਧਿਆਪਨ ਦੇ ਖੇਤੇ ਦੇ ਵਿੱਚ ਕਮੀਆਂ ਆ ਗਈਆਂ ਨੇ ਜਾਂ ਅਧਿਆਪਕ ਇੰਨੇ ਮਜਬੂਰ ਹੋ ਗਏ ਨੇ ਜਾਂ ਸਾਡਾ ਸਿਸਟਮ ਇੰਨਾ ਕਰਪਟ ਹੋ ਗਿਆ ਹੈ ਦੀ ਅਸਲ ਸੱਚਾਈ ਕੀ ਹੈ ਇਸ ਮੁਤਲਕ ਅੱਜ ਸਾਡੇ ਨਾਲ ਇੱਕ ਇਸ ਕਿਸਮ ਦਾ ਬਿਊਟੀਫੁੱਲ ਕਪਲ ਮੌਜੂਦ ਹੈ ਜਿਨ੍ਹਾਂ ਨੇ ਆਪਣੀ ਤਾਂ ਉਮਰ ਜਿਹੜੀ ਹੈ ਉਹ ਅਧਿਆਪਨ ਦੇ ਖੇਤ ਨੂੰ ਸਮਰਪਿਤ ਕਰ ਦਿੱਤੀ ਹੈ ਮੇਰੇ ਨਾਲ ਅੱਜ ਮੌਜੂਦ ਨੇ ਮੈਡਮ ਮਨਵਿੰਦਰ ਕੌਰ ਤੇ ਉਹਨਾਂ ਦੇ ਹਸਬੰਡ ਡਾਕਟਰ ਵਿਕਰਮਜੀਤ ਸਿੰਘ ਸੰਧੂ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਵਿੱਚ ਥੈਂਕ ਯੂ ਧੰਨਵਾਦ ਸਾਡਾ ਪ੍ਰੋਗਰਾਮ ਇਸ ਕਿਸਮ ਦਾ ਪ੍ਰੋਗਰਾਮ ਹੈ ਜ ਜਿਹਦੇ ਵਿੱਚ ਅਸੀਂ ਅਕਸਰ ਜਿਹੜੇ ادیਬ ਅਜੀਜ਼ ਸਾਡੇ ਨਾਲ ਜੁੜਦੇ ਨੇ ਉਹਨਾਂ ਨਾਲ ਸੰਬੰਧਿਤ ਉਹਨਾਂ ਦੀ ਜ਼ਿੰਦਗੀ ਨਾਲ ਸੰਬੰਧਿਤ ਉਹਨਾਂ ਦੇ profession ਦੇ ਨਾਲ ਸੰਬੰਧਿਤ ਅਸੀਂ ਕਿਸੇ ਸ਼ਾਮਿਲ ਕਰਦੇ ਹਾਂ ਤੁਹਾਡੇ ਤੋਂ ਅਧਿਆਪਨ ਕਾਲ ਦੌਰਾਨ ਜਿਹੜੇ ਤੁਹਾਡੇ ਖੂਬਸੂਰਤ ਯਾਦਾਂ ਨੇ ਉਹ ਵੀ ਤੁਸੀਂ ਸਾਡੇ ਨਾਲ ਸਾਂਝੀਆਂ ਜ਼ਰੂਰ ਕਰੋਗੇ ਪਰ ਜਿਹੜੀ ਤਲਖ ਹਕੀਕਤ ਹੈ ਮੈਮ ਤੁਹਾਡੇ ਤੋਂ ਪਹਿਲਾਂ ਮੈਂ ਪੁੱਛਣਾ ਚਾਹਾਂਗੀ ਜੋ ਪੰਜਾਬ ਦੀ ਇਸ ਵਕਤ ਤਲਖ ਹਕੀਕਤ ਚੱਲ ਰਹੀ ਹੈ ਬੱਚੇ ਆਈਲੈਟਸ ਕਰਕੇ ਬਾਹਰ ਜਾਣ ਲਈ ਤਤਪਰ ਨੇ ਕੀ ਕਹੋਗੇ ਦੇਖੋ ਜਦੋਂ ਬੱਚੇ ਪੜ੍ਹ ਕੇ ਉਹਨਾਂ ਨੂੰ ਉਹ ਨੌਕਰੀਆਂ ਨਹੀਂ ਮਿਲਦੀਆਂ ਤਾਂ ਉਹ ਬੱਚੇ ਬੇਵੱਸ ਹੋ ਜਾਂਦੇ ਨੇ ਬਾਹਰ ਜਾਣ ਨੂੰ ਸਾਡੇ ਬੱਚੇ ਬਹੁਤ ਕੰਪੀਟੀਟਿਵ ਨੇ ਪਰ ਜਦੋਂ ਉਹਨਾਂ ਨੂੰ ਨੌਕਰੀਆਂ ਨਹੀਂ ਮਿਲਦੀਆਂ ਦੇਖੋ ਮੇਨ ਮੁੱਦਾ ਕੀ ਹੁੰਦਾ ਪੜ੍ਹ ਕੇ ਅੱਛੀ ਜੌਬ ਹਾਸਲ ਕਰਨਾ ਤਾਂ ਜਦੋਂ ਯੂਥ ਨੂੰ ਨੌਕਰੀ ਨਹੀਂ ਮਿਲਦੀ ਤਾਂ ਫਿਰ ਉਹ ਮਜਬੂਰ ਹੋ ਜਾਂਦੇ ਨੇ ਵਿਦੇਸ਼ ਤੇ ਵਿੱਚ ਪ੍ਰਵਾਸ ਕਰਨ ਨੂੰ ਜੀ ਤਾਂ ਇਹ ਸਾਨੂੰ ਬਹੁਤ ਦੁੱਖ ਲੱਗਦਾ ਕਿ ਸਾਡੇ ਘਰਾਂ ਦੇ ਘਰ ਖਾਲੀ ਹੋ ਰਹੇ ਨੇ ਸਾਡਾ ਸਾਰਾ ਯੂਥ ਜਿਹੜਾ ਉਹ ਬਾਹਰ ਜਾ ਰਿਹਾ ਹੈ ਤਾਂ ਇਹ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਹੀ ਗੰਭੀਰ ਸਮੱਸਿਆ ਬਣ ਕੇ ਉਭਰੇਗਾ ਤੋਂ ਇਸ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਕਿ ਯੂਥ ਦੀਆਂ ਨੌਕਰੀਆਂ ਜਿਹੜੀਆਂ ਨੇ ਉਹਨਾਂ ਦੇ ਰੋਜ਼ਗਾਰ ਦੇ ਸਬੰਧ ਦੇ ਵਿੱਚ ਕੋਈ ਅੱਛੇ ਉਪਰਾਲੇ ਕੀਤੇ ਜਾਣ ਤਾਂ ਕਿ ਸਾਡਾ ਜਿਹੜਾ ਸੋਹਣਾ ਪੰਜਾਬ ਹੈ ਇਹ ਖਾਲੀ ਹੋ ਰਿਹਾ ਹੈ ਇਹ ਸਾਡੇ ਬੱਚੇ ਇੱਥੇ ਹੀ ਪੜਨ ਇੱਥੇ ਹੀ ਨੌਕਰੀਆਂ ਕਰਨ ਤੇ ਆਪਣੇ ਪਰਿਵਾਰਾਂ ਤੋਂ ਦੂਰ ਨਾ ਜਾਣ ਜੀ ਡਾਕਟਰ ਸੰਦੂ ਤੁਹਾਡੇ ਵੱਲ ਆਉਂਦੇ ਹਾਂ ਤੁਸੀਂ ਕਮਰਸ ਵਿਭਾਗ ਮਾਤਾ ਗੁਜਰੀ ਕਾਲਜ ਦੇ ਬਹੁਤ ਸਾਲਾਂ ਤੋਂ ਐਜ਼ ਅ ਮੁਖੀ ਸੇਵਾਵਾਂ ਨਿਭਾ ਰਹੇ ਹੋ ਫਿਰ ਉਹ ਤੋਂ ਬਾਅਦ ਐਨਸੀਸੀ ਐਨਐਸਐਸ ਦੀ ਗੱਲ ਹੋਵੇ ਜਾਂ ਚੈਸ ਦੀ ਗੱਲ ਹੋਵੇ ਤੁਸੀਂ ਹਰ ਇੱਕ ਖੇਤਰ ਦੇ ਵਿੱਚ ਆਲਾਤਰੀਨ ਕੰਮ ਕੀਤਾ ਹੈ ਅ ਅਸੀਂ ਹਾਲ ਹੀ ਇੰਟਰਵਿਊ ਤੋਂ ਪਹਿਲਾਂ ਡਿਸਕਸ ਵੀ ਕਰ ਰਹੇ ਸੀ ਮਲਿਕਾ ਹਾਂਡਾ ਦੇ ਬਾਬਤ ਤੇ ਗੱਲ ਉੱਥੇ ਹੀ ਆ ਜਾਂਦੀ ਹੈ ਕਿ ਇੰਨਾ ਪੜ੍ਹ ਲਿਖ ਕੇ ਬੱਚੇ ਜਿਹੜੇ ਨਹੀਂ ਉਹ ਕਿਉਂ ਹਤਾਸ਼ ਮਹਿਸੂਸ ਕਰ ਰਹੇ ਨੇ ਐਜ਼ ਅ ਅਧਿਆਪਕ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਤਾਂ ਜਿਹੜੀ ਤੁਸੀਂ ਸਾਡੀ ਬਹੁਤ ਹੀ ਟੈਲੈਂਟਡ ਚੈਸ ਪਲੇਅਰ ਮਲਕਾਹਾਂਡਾ ਦੀ ਗੱਲ ਕੀਤੀ ਹੈ ਉਹ ਤਕਰੀਬਨ 6 ਵਾਰ ਵਰਲਡ ਚੈਂਪੀਅਨ ਬਣ ਚੁੱਕੀ ਹੈ ਜੀ ਸਾਡੀ ਤਰਾਸਦੀ ਹੈ ਸਰਕਾਰ ਦੀ ਕਿ ਇੱਕ ਬੱਚਾ ਜਿਹਦੇ ਵਿੱਚ ਕੁਦਰਤੀ ਤੌਰ ਤੇ ਥੋੜੀ ਕੋਈ ਕਮੀ ਰਹੇਗੀ ਪਰੰਤੂ ਉਸ ਬੱਚੇ ਨੇ ਉਹ ਆਪਣੇ ਮਾਂ-ਬਾਪ ਦੀ ਹੈਲਪ ਦੇ ਨਾਲ ਕੋਚਸ ਦੀ ਹੈਲਪ ਦੇ ਨਾਲ ਇੰਨਾ ਜ਼ਿਆਦਾ ਹਾਰਡਵਰਕ ਕੀਤਾ ਕਿ ਵਰਲਡ ਲੈਵਲ ਦੇ ਉੱਪਰ ਉਹਨੇ ਇੰਡੀਆ ਦਾ ਝੰਡਾ ਬੁਲੰਦ ਕੀਤਾ ਜੀ ਇਸ طرح ਦੇ ਕੇਸ ਦੇ ਵਿੱਚ ਜੇ ਕੋਈ ਸਰਕਾਰੀ ਨਿਯਮ ਅੜਿੱਕਾ ਵੀ ਬਣਦੇ ਆ ਸਰਕਾਰ ਨੂੰ ਵਿਸ਼ੇਸ਼ ਤੌਰ ਤੇ ਇਦਾਂ ਦੇ ਜਿਹੜੇ ਟੈਲੈਂਟਡ ਸਾਡੇ ਬੱਚੇ ਆ ਉਹਨਾਂ ਨੂੰ ਜੌਬ ਦੇਣੀ ਚਾਹੀਦੀ ਹੈ ਕਿਉਂਕਿ ਉਹ ਖੇਡ ਕੇ ਜਿਹੜੇ ਆਪਣੇ ਵਰਗੇ ਹੋਰ ਬੱਚੇ ਨੇ ਉਹਨਾਂ ਨੂੰ ਕੋਚਿੰਗ ਦੇ ਸਕਦੀ ਹੈ ਸਾਡੀ ਇਤਰਾਸ ਦੀ ਹੈ ਕਿ ਜਿਸ ਟਾਈਮ ਦੇ ਉੱਪਰ ਬੱਚਾ ਅਜੇ ਪ੍ਰੈਕਟਿਸ ਕਰ ਰਿਹਾ ਹੁੰਦਾ ਹੈ ਉਦੋਂ ਹੈਲਪ ਦੀ ਲੋੜ ਹੁੰਦੀ ਹੈ ਉਦੋਂ ਉਹਦੇ ਲਈ ਕੋਈ ਹੈਲਪ ਅਵੇਲੇਬਲ ਨਹੀਂ ਹੁੰਦੀ ਜਿਵੇਂ ਮਲਕਾ ਹਾਂਡਾ ਦੇ ਮਾਪੇ ਨੇ ਬਹੁਤ ਔਖੇ ਹੋ ਕੇ ਉਹਨੂੰ ਇਸ ਲੈਵਲ ਤੇ ਪਹੁੰਚਾਇਆ ਉਸ ਵੇਲੇ ਵੀ ਜ਼ਰੂਰਤ ਸੀਗੀ ਉਹਨੂੰ ਸਰਕਾਰੀ ਮਦਦ ਦੀ ਤੇ ਉਹਨੂੰ ਨਹੀਂ ਮਿਲਦੀ ਰਹੀ ਜੀ ਹੁਣ ਵੀ ਕਿਉਂਕਿ ਉਹ ਬੱਚਾ ਗਰੋਨ ਅਪ ਹੈ ਹੁਣ ਇਸ ਵੇਲੇ ਜੇ ਉਹਨੂੰ ਜੋਬ ਮਿਲ ਜੇਗੀ ਉਹਨੂੰ ਕੌਨਫੀਡੈਂਸ ਆਏਗਾ ਕਿਉਂਕਿ ਉਹਨੇ ਤੇ ਕੋਈ ਕਮੀ ਨਹੀਂ ਛੱਡੀ ਤੇ ਸਾਡੀਆਂ ਸਰਕਾਰਾਂ ਨੂੰ ਉਪਰਾਲੇ ਕਰਨੇ ਚਾਹੀਦੇ ਆ ਜਿਦੇ ਵਿੱਚ ਕਿਸੇ ਵੀ ਫੀਲਡ ਵਿੱਚ ਕੋਈ ਐਕਸੈਪਸ਼ਨਲ ਟੈਲੈਂਟ ਹੈ ਐਟ ਲੀਸਟ ਉਹਨੂੰ ਪੜਤਨ ਦੀ ਲੋੜ ਨਹੀਂ ਪੈਣੀ ਚਾਹੀਦੀ ਜੀ ਉਹਨੂੰ ਲੱਗਣਾ ਚਾਹੀਦਾ ਕਿ ਹਾਂ ਮੇਰੀ ਕੇਅਰ ਕਰਨ ਵਾਲਾ ਕੋਈ ਹੈਗਾ ਤੇ ਉਹ ਹੋਰ ਵੀ ਬਹੁਤ ਅੱਛਾ ਜਿਹੜਾ ਹੈਗਾ ਸਮਾਜ ਦੇ ਵਿੱਚ ਸੋਸਾਇਟੀ ਦੇ ਵਿੱਚ ਆਪਲਾ ਕੰਟਰੀਬਿਊਟ ਕਰ ਸਕਦੇ ਆ ਜੀ ਮੈਡਮ ਰਮਿੰਦਰ ਜੀ ਕਿੰਨੇ ਸਾਲ ਹੋ ਗਏ ਤੁਹਾਨੂੰ ਅਧਿਆਪਨ ਦੇ ਖੇਤਰ ਦੇ ਵਿੱਚ ਆਇਆ ਔਰ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਰਿਹਾ ਸ਼ੁਰੂ ਤੋਂ ਲੈ ਕੇ ਹੁਣ ਹਾਂਜੀ ਗੁਰਨੀਤ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦੀ ਆ ਕਿ ਅੱਜ ਸਬਬ ਬਣਿਆ ਸਾਡੀਆਂ ਜੜੀਆਂ ਮਿੱਠੀਆਂ ਯਾਦਾਂ ਨੇ ਪੁਰਾਣੀਆਂ ਅੱਜ ਤੋਂ 28 ਸਾਲ ਪਹਿਲਾਂ ਦੀਆਂ ਉਹ ਅੱਜ ਮੈਂ ਸਾਂਝੀਆਂ ਕਰਾਂਗੀ ਮੈਨੂੰ 28 ਸਾਲ ਹੋ ਗਏ ਨੇ ਅਧਿਆਪਨ ਕਿਤੇ ਦੇ ਵਿੱਚ ਆਇਆ ਤੇ ਮੈਂ ਬਹੁਤ ਮਾਣ ਮਹਿਸੂਸ ਕਰਦੀ ਆ ਕਿ ਮੈਂ ਇੱਕ ਅਧਿਆਪਕਾ ਵਜੋਂ ਆਪਣੀ ਜੋ ਸੇਵਾ ਸਮਾਜ ਨੂੰ ਦੇ ਰਹੀ ਆ ਮੈਂ ਜਦੋਂ ਛੋਟੀ ਸੀ ਉਦੋਂ ਹੀ ਮੈਂ ਆਪਣੇ ਜਿਹੜੇ ਸਾਡੇ ਪ੍ਰਿੰਸੀਪਲ ਮੈਮ ਸਨ ਮਿਸਿਸ ਵਿਜੇਤਾਰਾ ਉਹਨਾਂ ਤੋਂ ਬੜੀ ਪ੍ਰਭਾਵਿਤ ਸੀ ਜੀ ਤੇ ਗੁਰਨੀਤ ਮੈਂ ਜਦੋਂ ਸਕੂਲ ਤੋਂ ਆ ਜਾਂਦੀ ਸੀ ਮੇਰੇ ਹੋਰ ਕੋਈ ਖੇਡਣੇ ਨਹੀਂ ਹੁੰਦੀਆ ਮੈਂ ਇੱਕ ਸਾੜੀ ਬਨ ਕੇ ਕਿਉਂਕਿ ਸਾੜੀ ਬੰਦੇ ਹੁੰਦੇ ਸਨ ਤੇ ਉਹ ਮੈਂ ਪੜਾਉਣਾ ਸ਼ੁਰੂ ਕਰ ਦਿੰਦੀ ਸੀ ਤੇ ਮੇਰਾ ਸ਼ੁਰੂ ਤਾਂ ਇਹੀ ਸੁਪਨਾ ਸੀ ਕਿ ਮੈਂ ਇੱਕ ਬੈਟਰ ਟੀਚਰ ਇਸ ਪ੍ਰੋਫੈਸਰ ਮੈਂ ਜੁਆਇਨ ਕਰਾਂ ਜੀ ਤੋ ਮੇਰਾ ਮੇਰੀਆਂ ਜਿੰਨੀਆਂ ਵੀ ਯਾਦਾਂ ਨੇ ਬਹੁਤ ਹੀ ਮਿੱਠੀਆਂ ਯਾਦਾਂ ਨੇ ਮੈਂ 93 ਦੇ ਵਿੱਚ ਜਦੋਂ ਐਮਏ ਕਰ ਲਈ ਉਸ ਤੋਂ ਪਹਿਲਾਂ ਮੈਂ ਬੀਐਡ ਕੀਤੀ ਤਾਂ ਮੈਂ ਅੰਮ੍ਰਿਤਸਰ ਦਾ ਜਿਹੜਾ ਸੰ ਸਿੰਘ ਸੁਖਾ ਸਿੰਘ ਸੀਨੀਅਰ ਸੈਂਟਰੀ ਪਬਲਿਕ ਸਕੂਲ ਹੈ ਬਹੁਤ ਨਾਮਵਰ ਸਕੂਲ ਹੈ ਅੰਮ੍ਰਿਤਸਰ ਦਾ ਤਾਂ ਮੈਂ ਜਦੋਂ ਉੱਥੇ ਆਪਣੀ ਐਪਲੀਕੇਸ਼ਨ ਦੇਣ ਗਈ ਤਾਂ 10th ਕਲਾਸ ਤੱਕ ਦਾ ਮੈਨੂੰ ਸੀ ਕਿ ਮੈਂ ਉੱਥੇ ਜੌਬ ਲਈ ਪਰ ਜਦੋਂ ਡਾਇਰੈਕਟਰ ਸਾਹਿਬ ਨਾਲ ਜਦੋਂ ਇੰਟਰਵਿਊ ਹੋਈ ਤਾਂ ਡਾਇਰੈਕਟਰ ਸਾਹਿਬ ਕਹਿੰਦੇ ਕਿ ਅਗਰ ਤੁਹਾਨੂੰ 11+1+2 ਕਲਾਸ ਦੇ ਦਿੱਤੀ ਜੇ ਤੁਸੀਂ ਪੜ੍ਹਾ ਲੋਗੇ ਉਹਨਾਂ ਨੇ ਇੱਕਦੋ ਕੁਐਸਚਨ ਪੁੱਛੇ ਤਾਂ ਮੈਂ ਨਾਲ ਦਾ ਜਵਾਬ ਦਿੱਤਾ ਤੇ ਕਿ ਉਹਨਾਂ ਨੇ ਕਿਹਾ ਚਲੋ ਠੀਕ ਹੈ ਅਸੀਂ ਤੁਹਾਨੂੰ ਮੌਕਾ ਦਿੰਦੇ ਹਾਂ ਇੱਕ ਹਫ਼ਤੇ ਦਾ ਤਾਂ ਗੁਰਨੀਤ ਮੈਂ ਇੱਕ ਹਫ਼ਤਾ ਜਿਹੜਾ ਪੜ੍ਹਾਇਆ ਮੈਂ ਬਹੁਤ ਮਨ ਲੱਗਦਾ ਬਹੁਤ ਹੀ ਮੈਨੂੰ ਇੱਕ ਸੈਟੀਸਫੈਕਸ਼ਨ ਮਿਲੀ ਔਰ ਹਫ਼ਤੇ ਚ ਬੱਚਿਆਂ ਦਾ ਇਨਾ ਮੈਨੂੰ ਪਿਆਰ ਮਿਲਿਆ ਕਿ ਡਾਇਰੈਕਟਰ ਸਾਹਿਬ ਜਿਹੜੇ ਉਹ ਬਹੁਤ ਪ੍ਰਭਾਵਿਤ ਹੋਏ ਤੇ ਉਹਨਾਂ ਨੇ ਕਿਹਾ ਵੀ ਹੁਣ ਤੁਸੀਂ ਇੱਥੇ ਤੁਹਾਨੂੰ ਪੱਕੇ ਤੌਰ ਦੇ ਉੱ ਤਾਂ ਮੈਂ 8 ਮਹੀਨੇ ਉੱਥੇ ਜੌਬ ਕੀਤੀ ਤੇ ਫ फेब्रुवारी ਦੇ ਵਿੱਚ ਜਦੋਂ ਮੇਰੀ ਮੈਰਿਜ ਹੋ ਗਈ ਤਾਂ ਮੈਂ ਜਦੋਂ ਸਰਹੰਦ ਆ ਗਈ ਤਾਂ ਫਿਰ ਮੈਂ ਵਾਪਸ ਹਫਤੇ ਬਾਅਦ ਗਈ ਮੈਂ ਡਾਇਰੈਕਟਰ ਸਰ ਮੈਕੈਚੂਲਸੀ ਨੂੰ ਪਾਰਟੀ ਦੇ ਕੇ ਆਈਏ ਤਾਂ ਮੈਂ ਜਦੋਂ ਉਹ ਨਜ਼ਾਰਾ ਦੇਖਿਆ ਜਦੋਂ ਮੈਂ ਗੇਟ ਐਂਟਰ ਕੀਤਾ ਬੱਚਿਆਂ ਨੂੰ ਪਤਾ ਚੱਲ ਗਿਆ ਕਿ ਸਾਡੇ ਮਨਵਿੰਦਰ ਮੈਮ ਆ ਗਏ ਨੇ ਮੈਨੂੰ ਅੱਜ ਵੀ ਉਹਨਾਂ ਦੇ ਨਾਮ ਯਾਦ ਨੇ ਤੇ ਮੇਰੇ ਅੱਖਾਂ 'ਗੇ ਉਹ ਅੱਜ ਵੀ ਸੀਨ ਯਾਦ ਆ ਜਾਂਦਾ ਰਜ਼ਲੀਨ ਸੀ ਇੱਕ ਕਮਲ ਆਲਖ ਜਸਲੀਨ ਜਸਪ੍ਰੀਤ ਤਾਂ ਤੁਸੀਂ ਯਕੀਨ ਨਹੀਂ ਕਰੋਗੇ ਉਹ ਲੜਕੀਆਂ ਜਿਹੜੇ ਅਸੀਂ 11+2 ਦੀਆਂ ਜਿਵੇਂ ਕੈਲੋਨਾ ਵੀ ਦਰਖਤਾਂ ਦੇ ਨਾਲ ਪੰਛੀ ਲਟਕ ਕੇ ਜਾਂਦੇ ਨੇ ਤਾਂ ਸਾਰੇ ਇੱਕ ਤੋਂ ਇੱਕ ਦੋੜੀਆਂ ਆਉਂਦੇ ਕਹਿੰਦੇ ਸਾਡੇ ਮਨਵਿੰਦਰ ਮੈਮ ਆ ਗਏ ਸਿਰਫ ਮੈਂ 8 ਮਹੀਨੇ ਪੜਾਇਆ ਸੀ ਉੱਥੇ ਅਜੇ ਤਾਂ ਡਾਇਰੈਕਟਰ ਸਰ ਉੱਥੇ ਖੜੇ ਹੀ ਸਨ ਤੇ ਕਹਿੰਦੇ ਬੀਬਾ ਪਹਿਲੇ ਉਹਨਾਂ ਨੂੰ ਮਿਲੋ ਤਾਂ ਮਰ ਜਾਣਗੇ ਉੱਪਰੋਂ ਡਿੱਗ ਫੈਣ ਗਿਆ ਜੀ ਤਾਂ ਮੈਨੂੰ ਉਹ ਜਿਹੜਾ ਮਾਹੌਲ ਉਹ ਦੇਖ ਕੇ ਮੇਰਾ ਜਿਹੜਾ ਮਨ ਗਦਗਦ ਕਰ ਉੱਠਿਆ ਇਹ ਹੁੰਦਾ ਇੱਕ ਬੱਚਿਆਂ ਦਾ ਪਿਆਰ ਤੇ ਸਿਰਫ ਅਜੇ 8 ਮਹੀਨੇ ਹੀ ਸਨ ਸੋ ਇਸ ਤਰ੍ਹਾਂ ਦੀਆਂ ਬੜੀਆਂ ਮਿੱਠੀਆਂ ਯਾਦਾਂ ਨੇ ਤਾਂ ਇਸੇ ਤਰ੍ਹਾਂ ਹੀ ਜਦੋਂ ਫਿਰ ਮੈਂ 29 ਅਪ੍ਰੈਲ 1994 ਬਾਬਾ ਜ਼ਰਾਵਰ ਸਿੰਘ ਫਤੇਹ ਸਿੰਘ ਸੀਨੀਅਰ ਸੈਂਟਰ ਪਬਲਿਕ ਸਕੂਲ ਮੈਂ ਜੁਆਇਨ ਕੀਤਾ ਜੀ ਇੱਥੇ ਮੈਂ ਬਦੌਰ ਪੀਜੀਟੀ ਮੈਥਸ ਔਰ ਪਜੀਟੀ ਪੰਜਾਬੀ ٹیਜੀਟੀ ਮੈਥਸ ਮੈਂ ਜੁਆਇਨ ਕੀਤਾ ਸੀ ਜੀ ਤਾਂ ਇਥੋਂ ਦੀ ਵੀ ਮੇਰੀਆਂ ਬਹੁਤ ਹੀ ਮਿੱਠੀਆਂ ਯਾਦਾਂ ਇੱਕ ਤਾਂ ਮੇਰਾ ਸਬਜੈਕਟ ਜਿਹੜਾ ਸੀ ਮੈਂ ਬਹੁਤ ਹੀ ਬੱਚਿਆਂ ਨੂੰ ਪਿਆਰ ਦੇ ਨਾਲ ਪੜਾਇਆ ਔਰ ਕਦੀ ਵੀ ਮੈਨੂੰ ਡਾਂਟਣ ਦੀ ਜ਼ਰੂਰਤ ਨਹੀਂ ਪਈ ਜੀ ਤਾਂ ਜਿਵੇਂ ਹੁਣੇ ਆਪਾਂ ਗੱਲ ਕੀਤੀ ਹੈ ਕਿ ਟੀਚਰਸ ਡੇ ਲੰਘ ਕੇ ਹਟਿਆ ਤਾਂ ਸਾਡੇ ਸਕੂਲ ਦੇ ਵਿੱਚ ਵੀ ਅਸੀਂ ਟੀਚਰਸ ਡੇ ਬੜੇ ਵੱਡੇ ਲੈਵਲ ਤੇ ਸੀ ਸੈਲੀਬ੍ਰੇਟ ਕਰਦੇ ਰਹੇ ਹਾਂ ਤਾਂ ਜਿਹੜੇ ਸਟੂਡੈਂਟਸ ਨੇ ਉਹ ਆਪਣੇ ਜਿਹੜੇ ਪਲਸਟ੍ਰੰਟ ਪਲਸ ਟੂ ਦੇ ਸਟੂਡੈਂਟਸ ਉਹ ਆਪਣੇ টিਚਰਸ ਜਿਹੜੇ ਹੈਗੇ ਨੇ ਉਹਨਾਂ ਦਾ ਉਸ ਦਿਨ ਰੋਲ ਪਲੇ ਕਰਦੇ ਨੇ ਤਾਂ ਮੈਂ ਇਸ ਗੱਲ ਨੂੰ ਮਾਨ ਮਹਿਸੂਸ ਕਰਦੀ ਆ ਕਿ ਮੇਰੇ ਵਾਸਤੇ ਵੀ ਲੜਕੀਆਂ ਚ ਦੌੜ ਲੱਗੀ ਹੁੰਦੀ ਸੀ ਵੀ ਅਮਰਿੰਦਰ ਮੈਡਮ ਕੌਣ ਬਣਾਂਗੇ ਜੀ ਤਾਂ ਉਹਦੇ ਚ ਵੀ ਮੈਂ ਯਾਦ ਹੈ ਮੈਨੂੰ ਇੱਕ ਲੜਕੀ ਜਪਨੀਤ ਤਾਂ ਉਸਨੇ ਲੜਕੇ ਕਿਸ ਦੂਸਰੀ ਲੜਕੀ ਦੇ ਨਾਲ ਕਹਿੰਸ ਵੀ ਬਨਵਿੰਦਰ ਮੈਡਮ ਮੈਂ ਹੀ ਬਣਾਂ ਤਾਂ ਇਹ ਸਾਨੂੰ ਬਹੁਤ ਜਿਆਦਾ ਚੰਗਾ ਲੱਗਦਾ ਜੋ ਅਸੀਂ ਆਪਣੇ ਬੱਚਿਆਂ ਦੇ ਮਨ ਦੇ ਅੰਦਰ ਇੱਕ ਜਗ੍ਹਾ ਬਣਾ ਲੈਨੇ ਆ ਜੀ ਤਾਂ ਮੈਂ ਤਾਂ ਪਹਿਲਾਂ ਵੀ ਕਿਹਾ ਕਿ ਮੈਂ ਕਦੀ ਬੱਚਿਆਂ ਨੂੰ ਲੋੜ ਹੀ ਨਹੀਂ ਪਈ ਕੋਈ ਥੱਪੜ ਲਗਾ ਲਈਏ ਜਾਂ ਅਸੀਂ ਡਾਂਟੀਏ ਪਰ ਇੱਕ ਵਾਰ ਇੱਕ ਵਾਰ ਇਹ 2005 6 ਦੀ ਗੱਲ ਹੈ ਮੈਂ ਉਦੋਂ ਪਲੱਸ ਪਲੱਸ 2 ਆਰਟਸ ਦੀ ਇਨਚਾਰਜ ਸੀ ਜੀ ਵੋਇਸ ਦਾ ਸੈਕਸ਼ਨ ਸੀ ਤਾਂ ਅਟੈਂਡੈਂਸ ਲੈ ਰਹੀ ਸੀ ਤੇ ਵੈਸੇ ਤਾਂ ਮੈਨੂੰ ਬੱਚਿਆਂ ਦੀ ਆਵਾਜ਼ ਦੀ ਇੰਨੀ ਪਹਿਚਾਨ ਹੋ ਗਈ ਸੀ ਕਿ ਮੈਂ ਬਿਨਾਂ ਸਿਰ ਚੁੱਕੇ ਆਵਾਜ਼ ਤੋਂ ਹੀ ਪਹਿਚਾਨ ਲੈਂਦੀ ਸੀ ਕਦੀ ਪ੍ਰੌਕਸੀ ਨਹੀਂ ਚੱਲ ਸਕਦੀ ਮੇਰੇ ਪੀਰੀਅਡ ਦੇ ਵਿੱਚ ਪਰ ਥੋੜੀ ਜੀ ਡਿਸਟਰਬੈਂਸ ਜੀ ਹੋਈ ਮੈਂ ਉੱਠ ਕੇ ਤੇ ਉਹ ਇੱਕ ਲੜਕਾ ਸੀ ਉਹਦੀ ਮੈਂ ਹਲਕੀ ਜਿਹੀ ਇੱਕ ਐਸਟਰਪਟੋਕੀ ਜਿਹੀ ਮਾਰੀ ਪਰ ਜਦੋਂ ਬੱਚੇ ਨੇ ਸਿਰ ਉੱਪਰ ਚੁੱਕਿਆ ਤਾਂ ਉਹ ਬੱਚਾ ਬਹੁਤ ਹੀ ਸੌ ਬੱਚਾ ਸੀ ਤਾ ਮੇਰੇ ਮਨ ਨੂੰ ਬੜਾ ਹੀ ਦੁੱਖ ਲੱਗਾ ਕਿ ਨਹੀਂ ਇਹ ਮੇਰੇ ਕੋਲ ਗਲਤ ਹੋ ਗਿਆ ਸੈਕਿੰਡ ਪੀਰੀਅਡ ਮੈਨੂੰ ਲੱਗਾ ਸੀ ਕਿ ਸਕੂਲ ਦੇ ਵਿੱਚ ਤਕਰੀਬਨ ਦੋ ਪੀਰੀਅਡ ਤੋਂ ਬਾਅਦ ਫ੍ਰੀ ਪੀਰੀਅਡ ਆਂਦਾ ਥਰਡ ਪੀਰੀਅਡ ਮੈਂ ਸੋਚਿਆ ਮੈਂ ਥਰਡ ਪੀਰੀਅਡਸ ਜਾ ਕੇ ਨਾ ਇਸ ਬੱਚੇ ਨੂੰ ਜ਼ਰੂਰ ਪਿਆਰ ਕਰਨਾ ਹੈ ਇਹਨੂੰ ਕਿਉਂਕਿ ਇਹ ਬੱਚਾ ਇੰਨਾ ਸੌਅ ਹੈ ਕਿ ਤੇ ਦਿਲ ਤੇ ਨਾ ਲਗਾ ਲੇਗਾ ਪਰ ਉਸ ਤੋਂ ਪਹਿਲਾਂ ਹੀ ਸੈਕਿੰਡ ਪੀਰੀਅਡ ਚ ਉਹ ਉਹਦਾ ਬਾਜਵਾ ਸਰ ਨਵਾਂ ਨਵਾਂ ਜੁਆਇਨ ਕੀਤਾ ਸੀ ਜੀ ਪ੍ਰੈਸਰ ਆਰਐਸ ਪਾਜੋਆ ਉਹਨਾਂ ਨੇ ਮੈਨੂੰ ਆਫਿਸ ਤੋਂ ਬੁਲਾਇਆ ਕਹਿੰਦੇ ਮਨਵਿੰਦਰ ਅੱਜ ਤੁਹਾਡੇ ਕੋਲ ਇੱਕ ਅਣਜਾਣੇ ਚ ਗਲਤੀ ਹੋ ਗਈ ਮੈਂ ਕਿਹਾ ਦੱਸੋ ਸਰ ਕਹਿੰਦੇ ਇਸ ਤਰ੍ਹਾਂ ਇੱਕ ਪਲੱਸ 2 ਆਰਸ ਤੇ ਲੜਕੇ ਦੇ ਕਹਿੰਦੇ ਤੁਸੀਂ ਕਹਿੰਦਾ ਮੈਨੂੰ ਪਤਾ ਤੁਸੀਂ ਕਦੀ ਥੱਪੜ ਨਹੀਂ ਲਗਾਇਆ ਪਰ ਕਹਿੰਦੇ ਵੀ ਉਹ ਬੱਚੇ ਮੇਰੇ ਕੋਲ ਗੇਟ ਪਾਸ ਲੈਣ ਆਇਆ ਸੀ ਤੇ ਕੁਛ ਉਦਾਸ ਸੀ ਮੈਂ ਕਿਹਾ ਕੀ ਹੋਇਆ ਕਹਿੰਦੇ ਕਿ ਕਹਿੰਦੇ ਉਹਨੇ ਕੁਛ ਨਹੀਂ ਗੱਲ ਕਹੀ ਪਰ ਕਹਿੰਦੇ ਉਹਨੇ ਕਿਹਾ ਕਿ ਮੈਨੂੰ ਅਜਿਹਾ ਕਰਕੇ ਵੀ ਥੱਪੜ ਲੱਗਾ ਤਾਂ ਮੈਨੂੰ ਮੇਰੀ ਅਜੇ ਇਨਸਰਟ ਹੋਈ ਹੈ ਪਰ ਤੁਸੀਂ ਮੈਡਮ ਨੂੰ ਕਿਹਾ ਨਾ ਤਾਂ ਬਾਜਵਾ ਸਰ ਕਹਿੰਦੇ ਵੀ ਤੁਸੀਂ ਮੈਡਮ ਜਾਓ ਤੇ ਜਾ ਕੇ ਉਸ ਬੱਚੇ ਨੂੰ ਉਹਦਾ ਹਾਲਚਲ ਪੁੱਛੋ ਤਾਂ ਗੁਰਨੀਤ ਮੈਂ ਜਦੋਂ ਉਹ ਗਈ ਆ ਤੇ ਜਦੋਂ ਮੈਂ ਬੱਚੇ ਨੂੰ ਪਿਆਰ ਨਾਲ ਹੀ ਪੁੱਛਿਆ ਤੇ ਉਹਦੇ ਅੱਖਾਂ 'ਚ ਛਮਛਮ ਭੰਜੂ ਜਦੋਂ ਡਿੱਗੇ ਨਾ ਤਾਂ ਮੇਰਾ ਮਨ ਵੀ ਭਰ ਆਇਆ ਇੱਕ ਰਿਲੇਸ਼ਨ ਹੁੰਦਾ ਹੈ ਕਿ ਸਟੂਡੈਂਟ ਔਰ ਟੀਚਰ ਦਾ ਹੈ ਨਾ ਮੈਂ ਅੱਜ ਵੀ ਗੱਲ ਕਰਦਾ ਮੇਰਾ ਮੈਂ ਉਸੇ ਤਰ੍ਹਾਂ ਇਮੋਸ਼ਨਲ ਆ ਜੀ ਕਿ ਇਹ ਅੱਜ ਤੋਂ ਦੇਖੋ ਕਿੰਨੇ ਸਾਲ ਪਹਿਲਾਂ ਦੀ ਗੱਲ ਹੈ ਤਾਂ ਇਹ ਜਿਹੜੇ ਇਹ ਬੱਚੇ ਇੱਕ ਤਾਂ ਹੁੰਦਾ ਨਾ ਵੀ ਮਾਂ ਆਪਣੇ ਬੱਚੇ ਨੂੰ ਜਨਮ ਦਿੰਦੀ ਤੇ ਪਿਆਰ ਕਰਦੀ ਹੈ ਪਰ ਜਿਹੜੇ ਸਟੂਡੈਂਟ ਨੇ ਨਾ ਇਹ ਸਾਡੇ ਉਹ ਬੱਚੇ ਨੇ ਜਿਨ੍ਹਾਂ ਨੂੰ ਅਸੀਂ ਜਨਮ ਨਹੀਂ ਦਿੰਦਾ ਪਰ ਜਨਮ ਤੋਂ ਬਾਅਦ ਅਸੀਂ ਉਹਨਾਂ ਸੰਭਾਲਦੇ ਆਂ ਸਾਡਾ ਇਹ ਰਿਲੇਸ਼ਨ ਜਿਹੜਾ ਇੱਕ ਵਿਦਿਆਰਥੀ ਤੇ ਇੱਕ ਅਧਿਆਪਕ ਦਾ ਇਹ ਬੜਾ ਹੀ ਪਵਿੱਤਰ ਹੈ ਬੜਾ ਹੀ ਪਾਵਨਾਤਮਕ ਹੈ ਔਰ ਮੈਂ ਵੀ ਕਲ ਕਹਿਣਾ ਚਾਹਾਂਗੀ ਕਿ ਜਿਹੜੇ ਅਧਿਆਪਕ ਨੇ ਉਹਨਾਂ ਦੇ ਉਹਨਾਂ ਉੱਪਰ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਇੱਕ ਸਮਾਜ ਨੂੰ ਉਹਨਾਂ ਦੇਣ ਦੇਣੀ ਹੁੰਦੀ ਹੈ ਔਰ ਜੋ ਗੱਲ ਬੱਚੇ ਮਾਪੇ ਦੇ ਨਹੀਂ ਮੰਨਦੇ ਉਹ ਅਧਿਆਪਕ ਦੀ ਮੰਨਦੇ ਨੇ ਚਾਹੇ ਅਸੀਂ ਕਹਿ ਦਿੰਦੇ ਹਾਂ ਕਿ ਹੁਣ ਉਹ ਸਟੂਡੈਂਟਸ ਨਹੀਂ ਰਹੇ ਪਰ ਇਹਦੇ ਵਿੱਚ ਕਲੇ ਸਟੂਡੈਂਟਸ ਦਾ ਵੀ ਕੋਈ ਕਸੂਰ ਨਹੀਂ ਹੈ ਪਹਿਲੇ ਸਮਿਆਂ ਦੇ ਵਿੱਚ ਅਸੀਂ ਇਕੱਠੇ ਪਰਿਵਾਰਾਂ 'ਚ ਰਹਿੰਦੇ ਸੀ ਤਾਂ ਬੱਚੇ ਡਾਂਟ ਡੱਪਟ ਚੱਲ ਲੈਂਦੇ ਸਨ ਜੀ ਤੇ ਹੁਣ ਦੇਖੋ ਨਾ ਮਾਪੇ ਵੀ ਬੱਚਿਆਂ ਨੂੰ ਲੋੜ ਤੋਂ ਵੱਧ ਜਦੋਂ ਉਹਨਾਂ ਨੂੰ ਪ੍ਰੋਟੈਕਟ ਕਰਦੇ ਨੇ ਤਾਂ ਉਦੇ ਕਰਕੇ ਉਹ ਬੱਚਿਆਂ ਦੇ ਵਿੱਚ ਵੀ ਸਹਿਣਸ਼ੀਲਤਾ ਜਿਹੜੀ ਹੈ ਉਹ ਘਟ ਰਹੀ ਹੈ ਜੀ ਤਾਂ ਇਹ ਜਿਹੜੇ ਸਾਡੇ ਵਿਦਿਆਰਥੀ ਨੇ ਅਗਰ ਸੀਐਨ ਨੂੰ ਪਿਆਰ ਦੇ ਨਾਲ ਸਮਝਾਈਏ ਤਾਂ ਬਹੁਤ ਇਹ ਆਪਣੇ ਸੋਹਣੇ ਤਰੀਕੇ ਦੇ ਨਾਲ ਆਪਣਾ ਇਹ ਵੀ ਰੋਲ ਅਦਾ ਕਰਦੇ ਨੇ ਜੀ ਮੈਡਮ ਨੇ ਜਿਸ ਖੂਬਸੂਰਤ ਤਰੀਕੇ ਦੇ ਨਾਲ ਆਪਣੇ ਤਜਰਬੇ ਦੀਆਂ ਮਿੱਠੀਆਂ ਯਾਦਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ ਯਕੀਨਨ ਮਾਹੌਲ ਜਿਹੜਾ ਹੈ ਉਹ ਭਾਵੁਕ ਹੋ ਗਿਆ ਪਰ ਹੁਣ ਇਸ ਨੂੰ ਜਰਾ ਟੈਕਨੀਕਲ ਪਾਸੇ ਨੂੰ ਲੈ ਕੇ ਜਾਈਏ ਡਾਕਟਰ ਸੰਦੂ ਸਾਡੇ ਨਾਲ ਨੇ ਡਾਕਟਰ ਸਾਹਿਬ ਤੁਸੀਂ ਕੀ ਕਹਿੰਦੇ ਹੋ ਕਿ ਸਾਡੇ ਕੋਲ ਵਰਲਡ ਦਾ ਸਭ ਤੋਂ ਪੁਰਾਣਾ ਯੂਨੀਵਰਸਿਟੀ ਸਿਸਟਮ ਨਲੰਦਾ ਯੂਨੀਵਰਸਿਟੀ ਸਿਸਟਮ ਹੈ ਉਸ ਤੋਂ ਇਲਾਵਾ ਗੁਰੂ ਸ਼ਿਸ਼ਤੀ ਪਰੰਪਰਾ ਅਹ ਇੰਡੀਆ ਤੋਂ ਸ਼ੁਰੂ ਹੁੰਦੀ ਹੈ ਰਿਗਵੇਦ ਜਿਹੜਾ ਸਭ ਤੋਂ ਪੁਰਾਣਾ ਵੇਦ ਇੱਥੇ ਲਿਖਿਆ ਗਿਆ ਹੈ ਤੁਹਾਡਾ ਵੀ ਐਨੇ ਸਾਲਾਂ ਦਾ ਐਕਸਪੀਰੀਅੰਸ ਹੈ ਪਹਿਲਾਂ ਤਾਂ ਇਹ ਦੱਸੋ ਕਿਰਪਾ ਕਰਕੇ ਕਿ ਕਿੰਨੇ ਸਾਲ ਹੋ ਗਏ ਤੁਹਾਨੂੰ ਇਸ ਕੀਤੇ ਦੇ ਵਿੱਚ ਔਰ ਉਦੋਂ ਤੋਂ ਲੈ ਕੇ ਹੁਣ ਤੱਕ ਜਿਹੜੀ ਪਰਸਪਰ ਚੇਂਜਸ ਤੁਸੀਂ ਆਉਂਦੀਆਂ ਦੇਖੀਆਂ ਆਪਣੀਆਂ ਵੀ ਕੁਝ ਯਾਦਾਂ ਸਾਂਝੀਆਂ ਕਰੋ ਹਾਂ ਇਹਦੇ ਵਿੱਚ ਪਹਿਲਾਂ ਤਾਂ ਮੈਂ ਮੈਡਮ ਉਹਨਾਂ ਨੇ ਇੱਕ ਅਧੂਰੀ ਗੱਲ ਛੱਡਤੀ ਉਹ ਕੰਪਲੀਟ ਕਰਾਂ ਕਿ ਜਦੋਂ ਇਹ 4S ਦਾ ਇਹਨਾਂ ਨੇ ਜ਼ਿਕਰ ਕੀਤਾ ਤਾਂ ਜਦੋਂ ਇਹਨਾਂ ਨੇ ਇੱਥੇ ਜੋਬ ਮਿਲੀ ਇਹਨਾਂ ਨੂੰ ਆ ਕੇ ਬਾਬਾ ਯੂਨਿਵਰਸ ਸਕੂਲ ਦੇ ਵਿੱਚ ਇੱਥੇ ਜਿਹੜੇ ਡਾਇਰੈਕਟਰ ਸੀ ਉਸ ਟਾਈਮ ਤੇ ਡਾਕਟਰ ਰਣਜੀਤ ਸਿੰਘ ਉਹ ਪਹਿਲਾਂ ਸਾਡੇ ਕਾਲਜ ਦੇ ਪ੍ਰਿੰਸੀਪਲ ਸੀਗੇ ਜਿਸ ਟਾਈਮ ਤੇ ਮੈਂ 93 ਦੇ ਵਿੱਚ ਇਸ ਕਾਲਜ ਦੇ ਵਿੱਚ ਜੁਆਇਨ ਕੀਤਾ ਸੀ ਜੀ ਜਦੋਂ ਉਹਨਾਂ ਨੂੰ ਇਹ ਪਤਾ ਲੱਗਿਆ ਕਿ ਇਹ ਮੈਡਮ ਜਿਹੜੇ ਹੈਗੇ ਨੇ ਜਿਨ੍ਹਾਂ ਨੇ ਇਹਨਾਂ ਨੂੰ ਰੱਖਿਆ ਉਹ ਡਾਕਟਰ ਜਗਦੀਸ਼ ਸਿੰਘ ਸੀਗੇ ਉੱਥੇ 4S ਸਕੂਲ ਦੇ ਵਿੱਚ ਡਾਇਰੈਕਟਰ ਸੀਗੇ ਉਹ ਬਹੁਤ ਅੱਛੇ ਟੀਚਰ ਵੀ ਸੀਗੇ ਤੇ ਸਾਡੇ ਉਹ ਜਿਹੜੇ ਪ੍ਰਿੰਸੀਪਲ ਸਾਹਿਬ ਰਹੇ ਆ ਉਹ ਵੀ ਕੈਮਿਸਟਰੀ ਦੇ ਸੀਗੇ ਤੇ ਡਾਕਟਰ ਜਗਦੀਸ਼ ਸਿੰਘ ਜੀ ਜਿਹੜੇ ਨੇ ਉਹ ਵੀ ਸਾਇੰਸ ਦੇ ਟੀਚਰ ਹੈ ਤਾਂ ਉਹ ਦਾ ਇੱਥੇ ਵੀ ਆ ਕੇ ਬੈਨੀਫਿਟ ਮਿਲਿਆ ਇੱਥੇ ਜ਼ਿਆਦਾਤਰ ਉਹਨਾਂ ਜ਼ਿਆਦਾ ਕੋਈ ਇੰਟਰਵਿਊ ਦੇ ਵਿੱਚ ਲੰਬੀ ਚੌੜੀ ਕੋਈ ਗੱਲਬਾਤ ਨਹੀਂ ਪੁੱਛੀ ਕਿਉਂਕਿ ਉਹਨਾਂ ਨੂੰ ਇਹ ਸੀਗਾ ਕਿ ਜਿਹੜੇ ਉੱਥੇ ਇੰਨੇ ਵਧੀਆ ਜਗ੍ਹਾ ਦੇ ਉੱਪਰ ਇੰਨੇ ਉਹ ਸਖਤ ਹੈਗੇ ਨੇ ਉਹਨਾਂ ਨੇ ਸਟੈਂਡਰਡ ਸੈੱਟ ਕੀਤੇ ਹੋਏ ਆ ਉਹਨਾਂ ਨੂੰ ਪੂਰਾ ਕਰਕੇ ਟੀਚਰ ਜਿਹੜਾ ਸਿਲੈਕਟ ਕੀਤਾ ਗਿਆ ਹੈ ਤੇ ਉਹ ਜ਼ਰੂਰ ਅੱਛਾ ਹੋਏਗਾ ਬਾਅਦ ਵਿੱਚ ਇਹਨਾਂ ਨੇ ਇੱਥੇ ਉਨਾਂ ਉੱਤੇ ਇਹਨੂੰ ਪ੍ਰੂਵ ਕੀਤਾ। ਹੁਣ ਜਿਹੜਾ ਤੁਸੀਂ ਕੁਐਸਚਨ ਪੁੱਛਿਆ ਕਿ ਮੈਨੂੰ ਕਿੰਨੇ ਸਾਲ ਹੋ ਗਏ 29 ਸਾਲ ਤਾਂ ਮੈਨੂੰ ਹੋ ਗਏ ਕਾਲਜ ਦੀ ਟੀਚਿੰਗ ਕਰਦੇ ਨੂੰ। ਜੀ। ਕਾਲਜ ਵਿੱਚ ਮੂਵ ਕਰਨ ਤੋਂ ਪਹਿਲਾਂ ਮੈਂ ਕਿਉਂਕਿ ਬੀਐਡ ਵੀ ਕੀਤੀ ਹੋਈ ਸੀ ਇਸ ਕਰਕੇ ਦੋ ਜਿਹੜੇ ਸਕੂਲ ਨੇ ਉਹਨਾਂ ਦੇ ਵਿੱਚ ਵੀ ਮੈਨੂੰ ਪੜ੍ਹਾਉਣ ਦਾ ਮੌਕਾ ਮਿਲਿਆ। ਤੇ 6ਵੀਂ ਜਮਾਤ ਦੇ ਵਿੱਚ ਵਿਦਿਆਰਥੀ ਉਦੋਂ ਚੀਬ ਖਾਲਸਾ ਦਿਵਾਨ ਤਰਨ ਤਰਨ ਦੇ ਸਕੂਲ ਦੇ ਵਿੱਚ ਪੜ੍ਹਦਾ ਹੁੰਦਾ ਸੀਗਾ ਤੇ ਉਹ ਮੇਰੇ ਕਾਲਜ ਦੇ ਵਿੱਚ ਜਦੋਂ ਐਮਬੀਏ ਕਰਨ ਲਈ ਆਇਆ ਤੇ ਉਹਨੇ ਆ ਕੇ ਮੈਨੂੰ ਪਛਾਣ ਲਿਆ। ਕਹਿੰਦਾ ਸਰ ਤੁਸੀਂ ਉੱਥੇ ਸਾਨੂੰ ਪੜਾਇਆ ਹੋਇਆ ਹੈ। ਤੇ ਮੈਂ ਬੜਾ ਹੈਰਾਨ ਹੋਇਆ ਕਿਉਂਕਿ ਉੱਥੇ ਮੈਂ ਸਿਰਫ 3 ਮਹੀਨੇ ਪੜਾਇਆ ਸੀਗਾ ਜੀ ਪਰ ਕਿਉਂਕਿ ਇੱਕ ਟੀਚਿੰਗ ਦੇ ਨਾਲ ਨਾਲ ਮੈਂ ਸਪੋਰਟਸ ਦੇ ਵਿੱਚ ਵੀ ਮੇਰਾ ਅੱਛਾ ਇੰਟਰਸਟ ਸੀ ਉੱਥੇ ਮੈਂ ਜਦੋਂ ਫ੍ਰੀ ਪੀਰੀਅਡ ਹੁੰਦਾ ਸੀਗਾ ਵਰਕੇ ਰੈਕੈਸਸ ਦੇ ਟਾਈਮ ਜਾਂ ਛੁੱਟੀ ਤੋਂ ਬਾਅਦ ਜਿਹੜੇ ਪਲੇਅਰ ਖੇਡਦੇ ਹੁੰਦੇ ਸੀ ਮੈਂ ਉਹਨਾਂ ਦੇ ਨਾਲ ਗੇਮਾਂ ਵੀ ਲਗਾਉਂਦਾ ਹੁੰਦਾ ਸੀ ਤਾਂ ਉਹ ਉਦੋਂ ਦਾ ਹੀ ਜਾਣਦਾ ਸੀ ਪਲੱਸ ਇੱਕ ਸਾਡਾ ਜੂਨ ਦੇ ਮਹੀਨੇ ਵਿੱਚ ਉਦੋਂ ਹਿਮਾਚਲ ਵਿੱਚ ਟੂਰ ਗਿਆ ਸੀਗਾ ਉੱਥੇ 3 ਦਿਨ ਦਾ ਲੈ ਕੇ ਗਿਆ ਸੀ ਸਕੂਲ ਵੱਲੋਂ ਉਹਦੇ ਕਰਕੇ ਵਿਦਿਆਰਥੀਆਂ ਨਾਲ ਅਸੋਸੀਏਸ਼ਨ ਸੀ ਤੁਸੀਂ ਦੇਖੋ ਜਿਹੜਾ 6ਵੀਂ ਚ ਪੜਦਾ ਸੀ ਫਿਰ ਐਮਬੀਏ ਕਰਨ ਆਇਆ ਤਾਂ ਉਹਨੇ ਇੱਥੇ ਆ ਕੇ ਮੈਨੂੰ ਪਛਾਣ ਲਿਆ ਇਸ ਕਰਕੇ ਜਿਹੜੀ ਸਾਡੀ ਟੀਚਿੰਗ ਹੈ ਨਾ ਸਿਰਫ ਇਹ ਨਹੀਂ ਹੈ ਕਿ ਕਲਾਸਰੂਮ ਤੱਕ ਹੀ ਸਾਡੀ ਟੀਚਿੰਗ ਹੈ ਜੀ ਉਸ ਤੋਂ ਬਾਅਦ ਵਿੱਚ ਵੀ ਸਾਨੂੰ ਬੱਚਿਆਂ ਦੀ ਕੇਅਰ ਕਰਨੀ ਚਾਹੀਦੀ ਹੈ ਉਹਨਾਂ ਨੂੰ ਥੋੜਾ ਗਾਈਡ ਕਰਨਾ ਚਾਹੀਦਾ ਤਾਂ ਕਿ ਉਹ ਸੰਪੂਰਨ ਸ਼ਖਸੀਅਤ ਉਹ ਬਣ ਸਕਣ ਜੀ ਇਹ ਅੱਜ ਥੋੜਾ ਜਿਹਾ ਅਸੀਂ ਕਮੀ ਦੇਖਦੇ ਆ ਕਿ ਸਾਡੇ ਜਿਹੜੇ ਯੰਗ ਟੀਚਰਸ ਨੇ ਉਹ ਮਟੀਰੀਅਲਿਸਟਿਕ ਹੋ ਗਏ ਉਹ ਪੈਸੇ ਮਗਰ ਭੱਜਦੇ ਆ ਪੁਰਾਣੇ ਜਿਹੜੇ ਜਿੰਨਾਂ ਕੋਲੋਂ ਅਸੀਂ ਪੜੇ ਟੀਚਰਸ ਕੋਲੋਂ ਜਿਵੇਂ ਤੁਸੀਂ ਪੁਰਾਣੇ ਸਾਡੇ ਜਿਹੜਾ ਹੈਗਾ ਸਿੱਖਿਆ ਸਿਸਟਮ ਦਾ ਜ਼ਿਕਰ ਕੀਤਾ ਹੈ ਉਦੋਂ ਬੜੇ ਉਹ ਅਧਿਆਪਕ ਵੀ ਬੜੇ ਡੈਡੀਕੇਟਿਡ ਸੀਗੇ ਉਹ ਪੈਸੇ ਦੇ ਮਗਰ ਨਹੀਂ ਸੀ ਦੌੜਦੇ ਉਹ ਗੁਰੂ ਤੇ ਸ਼ਿਸ਼ਾ ਦਾ ਬੜਾ ਪਵਿੱਤਰ ਰਿਸ਼ਤਾ ਸੀ ਮੈਡਮ ਹੁਣਾਂ ਨੇ ਵੀ ਉਹਦੇ ਤੇ ਥੋੜਾ ਆਪਣੇ ਜਿਹੜੇ ਵਿਊਜ਼ ਨੇ ਐਕਸਪਰੈਸ ਕੀਤੇ ਆ ਤਾਂ ਇਹ ਜਿਹੜਾ ਹੌਲੀ ਹੌਲੀ ਗ੍ਰੈਜੂਅਲੀ ਜਿਹੜੀ ਚੇਂਜ ਆਈ ਹੈ ਜਦੋਂ ਅਸੀਂ ਪੈਸੇ ਵੱਲ ਨੂੰ ਭੱਜ ਰਹੇ ਆ ਪਹਿਲਾਂ ਥੋੜੇ ਦੇ ਵਿੱਚ ਸਬਰ ਸੰਤੋਖ ਸਿਖਾਇਆ ਜੁਆਇੰਟ ਫੈਮਲੀਆਂ ਹੁੰਦੀਆਂ ਸੀ ਮੈਨੂੰ ਇਹ ਵੀ ਅੱਜ ਰਿਹਾ ਕਿ ਮੇਰੇ ਫਾਦਰ ਸਾਹਿਬ ਪ੍ਰਾਇਮਰੀ ਸਕੂਲ ਦੇ ਟੀਚਰ ਸੀ ਔਰ ਜਦੋਂ ਮੈਂ ਪੜਦਾ ਸੀਗਾ ਛੋਟੀ ਕਲਾਸਾਂ ਦੇ ਵਿੱਚ ਦੂਸਰੀ ਤੀਸਰੀ ਜਮਾਤ ਦੇ ਵਿੱਚ ਮੇਰੇ ਮਦਰ ਹਾਲਾਂਕਿ ਹਾਊਸ ਵਾਈਫ ਨੇ ਪੰਜਵੀਂ ਤੱਕ ਹੀ ਪੜੇ ਹੋਏ ਨੇ ਉਹ ਮੇਰੀ ਫੱਟੀ ਪੋਚ ਕੇ ਦੇਣੀ ਉਹਨਾਂ ਨੇ ਮੈਨੂੰ ਤੇ ਉਹਦੇ ਤੇ ਪੁਰਨੇ ਬਾਕੇ ਦਿਆਂ ਨੇ ਤੇ ਮੈਂ ਲਿਖਣਾ ਤੇ ਮੇਰੇ ਖੁਦ ਜਿਹੜੇ ਪਹਿਲੇ ਅਧਿਆਪਕ ਨੇ ਮੇਰੇ ਮਦਰ ਰਹੇ ਉਸ ਤੋਂ ਬਾਅਦ ਫਾਦਰ ਸਾਹਿਬ ਰਹੇ ਮੇਰੇ ਤਾਂ ਇਹਦੇ ਵਿੱਚ ਜਿਹੜਾ ਅਧਿਆਪਨ ਦਾ ਕਿੱਤਾ ਹੈ ਤੇ ਜਿਹੜਾ ਆਪਾਂ ਲਰਨ ਕਰਨਾ ਆ ਮੱਕੇ ਫਾਰਮਲ ਜਿਹੜਾ ਹੈਗਾ ਐਜੂਕੇਸ਼ਨ ਸਿਸਟ ਉਸੇ ਇਲਾਵਾ ਵੀ ਬਾਹਰ ਰਹਿ ਕੇ ਵੀ ਦੂਸਰਿਆਂ ਨੂੰ ਦੇਖ ਕੇ ਵੀ ਆਪਾਂ ਲਰਨ ਕਰਦੇ ਆ ਕਿ ਇਹ ਨੈਵਰ ਐਂਡਿੰਗ ਪ੍ਰੋਸੈਸ ਹੈ ਜਦੋਂ ਤੁਹਾਡੇ ਵਿੱਚ ਕੁਝ ਨਵਾਂ ਕਰਨ ਦੀ ਨਵਾਂ ਸਿੱਖਣ ਦੀ ਇੱਛਾ ਸ਼ਕਤੀ ਖਤਮ ਹੋ ਜਵੇ ਤਾਂ ਤੁਸੀਂ ਕੰਪਲੀਟ ਟੀਚਰ ਨਹੀਂ ਬਣ ਸਕਦੇ ਜੀ ਤੇ ਆਪਣੇ ਮੋਢਿਆਂ ਤੇ ਲੈ ਕੇ ਪ੍ਰੋਫੈਸਰੀ ਮੈਂ ਕਦੇ ਨਹੀਂ ਘੁੰਮਿਆ ਜਦੋਂ ਬੱਚਿਆਂ ਦੇ ਨਾਲ ਜੈ ਪੀਐਨਸੀਸੀ ਦੇ ਵਿੱਚ ਜਾਂ ਸਪੋਰਟਸ ਦੇ ਵਿੱਚ ਮੈਨੂੰ ਮੌਕਾ ਮਿਲਦਾ ਤਾਂ ਜਾਂ ਟੂਰ ਤੇ ਬਾਹਰ ਅਸੀਂ ਲੈ ਕੇ ਜਾਂਦੇ ਆ ਉਸ ਟਾਈਮ ਤੇ ਆਪਾਂ ਸਾਡਾ ਰੋਲ ਆਲ ਟੂਗੇਦਰ ਡਿਫਰੈਂਟ ਹੁੰਦਾ ਹੈ ਤੇ ਜਿਹੜੇ ਪੁਰਾਣੇ ਸਿਸਟਮ ਤੇ ਨਵੇਂ ਸਿਸਟਮ ਦੇ ਵਿੱਚ ਇਹ ਹੈ ਕਿ ਪਹਿਲਾਂ ਡੈਡੀਕੇਸ਼ਨ ਬਹੁਤ ਸੀ ਕਿ ਵੀ ਹੁਣ ਅਸੀਂ ਸਾਡੇ ਟੀਚਰ ਕਈ ਕੰਪਲੇਨਟ ਕਰਦੇ ਆ ਕਿ ਵਿਦਿਆਰਥੀਆਂ ਦਾ ਐਟੀਟਿਊਡ ਬਦਲ ਗਿਆ ਤੇ ਸਾਡਾ ਵੀ ਤੇ ਬਦਲ ਗਿਆ ਨਾ ਅਸੀਂ ਮੈਨੂੰ ਤੇ ਪਰਸਨਲੀ ਕਦੀ ਇਦਾਂ ਫੀਲ ਨਹੀਂ ਹੋਇਆ ਸਾਣੋ ਤੇ ਅੱਜ ਵੀ ਵਿਦਿਆਰਥੀ ਰਿਸਪੈਕਟ ਦਿੰਦੇ ਆ ਕੋਈ ਤੋਂ ਕਲਾਸਰੂਮ ਤੱਕ ਹੀ ਅਸੀਂ ਟੀਚ ਕਰਨਾ ਹੈ ਤੇ ਬਾਹਰ ਉਹਨਾਂ ਨੂੰ ਤੁਸੀਂ ਐਕਸਟਰਾ ਕੁਝ ਡਿਲੀਵਰ ਕਰੋਗੇ ਤਾਂ ਫਿਰ ਰਿਸਪੈਕਟ ਵੀ ਤੁਸੀਂ ਅਰਨ ਕਰਨੀ ਪੈਂਦੀ ਹੈ ਮਤਲਬ ਕਿ ਮੰਗ ਕੇ ਨਹੀਂ ਰਿਸਪੈਕਟ ਕੋਈ ਦਿੰਦਾ ਇਸ ਕਰਕੇ ਜਿਹੜਾ ਪੁਰਾਣਾ ਸਾਡਾ ਸਿੱਖਿਆ ਸਿਸਟਮ ਸੀ ਉਹਦੀਆਂ ਜੜਾਂ ਬਹੁਤ ਮਜ਼ਬੂਤ ਸੀ ਹੁਣ ਵਿਪਾਰਕ ਹੋ ਗਿਆ ਉਹ ਬਾਰੀਆਂ ਦੇ ਹੱਥਾਂ ਵਿੱਚ ਇਹ ਸਿਸਟਮ ਚਲਾ ਗਿਆ টিਚਰਸ ਦੀ ਵੀ ਐਕਸਪਲੋਇਟੇਸ਼ਨ ਹੋ ਰਹੀ ਹੈ ਪ੍ਰੋਪਰ ਉਹਨਾਂ ਨੂੰ ਪੇ ਸਕੇਲ ਨਹੀਂ ਮਿਲ ਰਿਹਾ ਤੇ ਉਹਨਾਂ ਨੂੰ ਵੀ ਪਟਕਾਟ ਲੱਗੀ ਰਹਿੰਦੀ ਆ ਕਿਉਂਕਿ ਜਿਵੇਂ ਉਹਨਾਂ ਨੂੰ ਪੀ ਐਚ ਡੀ ਕਰਨੀ ਫਿਰ ਤੁਹਾਨੂੰ ਯੂ ਜੀ ਸੀ ਨੈਟ ਕੁਆਲੀਫਾਈ ਕਰਨਾ ਫਿਰ ਤੁਹਾਨੂੰ ਰਿਸਰਚ ਪੇਪਰ ਲਿਖੇ ਹੋਣ ਫਿਰ ਬੇਸਿਕ ਜਿਹੜਾ ਹੈਗਾ 21600 ਮਿਲਣਾ ਉਹਨਾਂ ਨੂੰ 3 ਸਾਲ ਲਈ ਤੁਸੀਂ ਦੇਖੋ ਕਿ ਉਹ ਬੰਦਾ 30 32 ਸਾਲ ਤੋਂ ਪਹਿਲਾਂ ਸੈਟ ਨਹੀਂ ਹੁੰਦਾ ਕਾਲਜ ਲੈਵਲ ਤੇ ਬਿਲਕੁਲ ਤਾਂ ਉਦੋਂ ਤੁਸੀਂ ਸਰਕਾਰੀ ਵਾਲੇ ਪਾਸੇ 58 ਸਾਲ ਪ੍ਰਾਈਵੇਟ ਚ 60 ਸਾਲ ਤੂੰਨੇ ਰਿਟਾਇਰ ਹੋ ਜਾਣਾ ਜੀ ਹੁਣ ਪੈਨਸ਼ਨ ਵੀ ਖਤਮ ਹੋ ਗਈ ਐ ਸ਼ੋਸ਼ਲ ਸਿਕਿਉਰਿਟੀ ਵੀ ਨਹੀਂ ਰਹੀ ਜੀ ਤੇ ਇਸ ਫੀਲਡ ਦੇ ਵਿੱਚ ਜਿਹੜਾ ਟੈਲੈਂਟਡ ਜਿਹੜਾ ਸਾਡੀ ਲੋਟ ਐ ਉਹ ਹੁਣ ਇੱਧਰ ਨਹੀਂ ਆਏਗੀ ਜੇ ਸਰਕਾਰਾਂ ਇਸ ਕੰਮ ਵੱਲ ਧਿਆਨ ਨਹੀਂ ਦੇਣਗੀਆਂ ਸਰਕਾਰ ਨੂੰ ਐਜੂਕੇਸ਼ਨ ਸਿਸਟਮ ਜਿਹੜਾ ਹੈਗਾ ਉਹ ਆਪਣੇ ਹੱਥ ਵਿੱਚ ਲੈਣਾ ਚਾਹੀਦਾ ਉਹਨੂੰ 100% ਫੰਡਿੰਗ ਕਰਨੀ ਚਾਹੀਦੀ ਆ ਇਹਨੂੰ ਵਪਾਰ ਨਹੀਂ ਸਮਝਣਾ ਚਾਹੀਦਾ ਨੇਸ਼ਨ ਬਿਲਡਿੰਗ ਦੇ ਲਈ ਸਾਡੇ ਵਿਦਿਆਰਥੀ ਜੇ ਅੱਛੇ ਅਸੀਂ ਐਜੂਕੇਟ ਕਰਾਂਗੇ ਤੇ ਇਥੇ ਜਿਵੇਂ ਮੈਡਮ ਨੇ ਕਿਹਾ ਕਿ ਬੇਰੁਜ਼ਗਾਰੀ ਦੀ ਵਜ੍ਹਾ ਕਰਕੇ ਬਾਹਰ ਜਾਂਦੇ ਬਿਲਕੁਲ ਮੈਂ ਇਹਨਾਂ ਨਾਲ ਸਹਿਮਤ ਹਾਂ ਜਿਦੋਂ ਰੋਜ਼ਗਾਰ ਮਿਲੇ ਕਾਮਾ ਮਿਲੇ ਕ腐ਪਸ਼ਨ ਨਾ ਹੋਵੇ ਜੀ ਤੇ ਉਹ ਬਾਹਰ ਨਹੀਂ ਜਾਏਗਾ ਸਾਡਾ ਬ੍ਰੇਨ ਡレイン ਨਹੀਂ ਹੋਏਗਾ ਬਿਲਕੁਲ ਡਾਕਟਰ ਸਾਹਿਬ ਨੇ ਬਹੁਤ ਖੂਬਸੂਰਤ ਗੱਲ ਕਹੀ ਕਿ ਸਰਕਾਰਾਂ ਨੂੰ 100% ਫੰਡਿੰਗ ਕਰਨੀ ਚਾਹੀਦੀ ਹੈ ਬਹੁਤ ਸਾਰੇ ਜੋ ਦੇਸ਼ ਨੇ ਉਹ ਆਪਣੇ ਨੈਸ਼ਨਲ ਇਨਕਮ ਦਾ 15 ਤੋਂ 16% ਵੀ এডੂਕੇਸ਼ਨ ਉਤੇ ਖਰਚ ਕਰ ਰਹੇ ਨੇ ਪਰ ਬੜੀ ਦਰਦਸਦੀ ਵਾਲੀ ਗੱਲ ਹੈ ਕਿ ਇੰਡੀਆ ਵਿੱਚ ਬਹੁਤ ਘੱਟ ਪਰਸੈਂਟੇਜ 1% 2% ਡਾਊਨ এডੂਕੇਸ਼ਨ ਤੇ ਖਰਚ ਕੀਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਸਾਡੇ ਕੋਲ ਹੋਰ ਹੀ ਕੰਮ ਬਹੁਤ ਜ਼ਿਆਦਾ ਨਹੀਂ ਹੈ ਅਸੀਂ ਫੈਂਸ ਤੇ ਬਹੁਤ ਜ਼ਿਆਦਾ ਪੈਸਾ ਲਗਾਉਨੇ ਆ ਅਸੀਂ ਰਿਸਰਚ ਤੇ ਬਹੁਤ ਜ਼ਿਆਦਾ ਪੈਸਾ ਲਗਾਉਨੇ ਆ ਅਸੀਂ ਪੈਨਸ਼ਨਸ ਤੇ ਬਹੁਤ ਜ਼ਿਆਦਾ ਪੈਸਾ ਲਗਾਉਨੇ ਆ ਅਸੀਂ ਸਕੀਮਸ ਨੂੰ ਬਹੁਤ ਜ਼ਿਆਦਾ ਪੈਸਾ ਉਧਰ ਦੇ ਦਿੰਨੇ ਆ ਪਰ ਜਿੱਥੇ ਜਿਸ ਚੀਜ਼ ਨੇ ਸਾਡਾ ਮੁੱਢ ਬਨਣਾ ਹੈ ਕਹਿੰਦੇ ਅਗਰ ਬੁਨਿਆਦ ਹੀ ਪੁਕਤਾ ਨਾ ਹੋ ਤਾਂ ਮਕਾਨ ਕਿਵੇਂ ਪਾਇਦਾਰ ਬਣੇ ਸੋ ਮੈਮ ਤੁਹਾਡੇ ਵੱਲੋਂ ਆਉਨੇ ਆ ਜਿਹੜੇ ਵਿਦਿਆਰਥੀਆਂ ਦੇ ਵਿੱਚ ਇੰਪੇਸ਼ੈਂਸ ਦਾ ਲੈਵਲ ਜਿਹੜਾ ਬਹੁਤ ਜ਼ਿਆਦਾ ਵੱਧ ਰਿਹਾ ਹੈ ਕੀ ਮਹਿਸੂਸ ਕਰਦੇ ਹੋ ਕਿ ਇਹ ਇੱਕ ਸਰਕਮਸਟੈਂਸਸ ਜੀ ਹੈ ਸਾਡਾ এনवायरमेंट ਇਦਾਂ ਦਾ ਬਣ ਗਿਆ ਜਾਂ ਕਿਤੇ ਨਾ ਕਿਤੇ ਪੈਰੈਂਟਸ ਵੱਲੋਂ ਕਮੀ ਆ ਰਹੀ ਹੈ ਪੈਰੈਂਟਸ ਕਿਉਂਕਿ ਉਹ ਆਪਣੇ ਕੰਮ ਦੇ ਵਿੱਚ ਜ਼ਿਆਦਾ ਉਲਝੇ ਹੋਏ ਨੇ ਕਿਉਂਕਿ ਇੱਕ ਕਮਾਈ ਨਾਲ ਘਰ ਨਹੀਂ ਚੱਲਦਾ ਤੇ ਜੇਕਰ ਉਹ ਦੋਨੋਂ ਜਾਣੇ ਕਮਾਉਂਦੇ ਆ ਤਾਂ ਇੱਕ ਤੁਸੀਂ ਆਪਣੇ ਬੱਚੇ ਨੂੰ ਵਧੀਆ ਲੈਵਲ ਦੀ ਐਜੂਕੇਸ਼ਨ ਪ੍ਰੋਵਾਈਡ ਕਰ ਸਕਦੇ ਹੋ ਤੇ ਦੂਸਰਾ ਇੰਪੇਸ਼IENTS ਦਾ ਜਿਹੜਾ ਲੈਵਲ ਹੈ ਉਹਦੇ ਵਿੱਚ ਐਨਹਾਂਸਮੈਂਟ ਦਾ ਹੋਣਾ ਇਹਦੇ ਵਿੱਚ ਕੋਵਿਡ ਦਾ ਬਹੁਤ ਵੱਡਾ ਯੋਗਦਾਨ ਹੈ ਕਿਉਂਕਿ ਸਾਡੇ ਕੋਲ ਇਸ ਤੋਂ ਪਹਿਲਾਂ ਆਨਲਾਈਨ ਸਿਸਟਮ ਨਹੀਂ ਸੀ ਜਿਸ ਤਰ੍ਹਾਂ ਅਸੀਂ ਹੁਣੇ ਗੱਲ ਕਰ ਰਹੇ ਸੀ ਕਿ ਕੁਝ ਮਾਵਾਂ ਜੋ ਆਪਣੇ ਬੱਚਿਆਂ ਨੂੰ ਬਿਲਕੁਲ ਹੀ ਟਾਈਮ ਨਹੀਂ ਦੇ ਪਾਈਆਂ ਤਾਂ ਕੋਵਿਡ ਦੇ ਵਿੱਚ ਆਨਲਾਈਨ ਕਲਾਸਿਸ ਉਹਨਾਂ ਬੱਚਿਆਂ ਦੀਆਂ ਲੱਗੀਆਂ ਹੀ ਨਹੀਂ ਤਾਂ ਉਹ ਜਿਹੜਾ ਸਾਡਾ ਇੱਕ ਇੱਕ ਜਾਂ ਦੋ ਸਾਲ ਦਾ ਗੈਪ ਪੈ ਗਿਆ ਜਿਹੜੇ ਇਨਫੈਂਟਸ ਸੀ ਜਦੋਂ ਉਹਨਾਂ ਨੇ ਥੋੜੇ ਜਿਹੇ ਵੱਡੇ ਹੋਏ ਸਕੂਲ ਜਾਣ ਲੱਗੇ ਤੇ ਸਕੂਲ ਉਹਨਾਂ ਨੇ ਦੇਖਿਆ ਹੀ ਨਾ ਤਾਂ ਕਿੰ ਕਿਸ ਕਿਸਮ ਦੀਆਂ ਵੱਡੀਆਂ ਚੀਜ਼ਾਂ ਮਿਸ ਕਰ ਗਏ ਦੇਖੋ ਗੁਰਨੀਤ ਦੋ ਤਿੰਨ ਗੱਲਾਂ ਨੇ ਪਹਿਲੇ ਤੁਸੀਂ ਗੱਲ ਕੀਤੀ ਵੀ ਬੱਚੇ ਇੰਪੇਸ਼ੀਐਂਟ ਹੋ ਰਹੇ ਨੇ ਉਹਦੇ ਕੀ ਕਾਰਨ ਨੇ ਰਲਵੇ ਮਿਲਵੇ ਕਈ ਕਾਰਨ ਨੇ ਸਭ ਤੋਂ ਪਹਿਲਾਂ ਤਾਂ ਮੈਨੂੰ ਲੱਗਦਾ ਵੀ ਉਹ ਕੁੱਖਾਂ ਹੀ ਘਟ ਗਈਆਂ ਨੇ ਜਿਹੜੀਆਂ ਕਿ ਕੀ ਬਾਤ ਹੈ ਜਿਹੜੇ ਇੱਕ ਪੇਸ਼ੈਂਸ ਵਾਲੇ ਹਮ ਜੀਵ ਨੂੰ ਜਨਮ ਦਿਨ ਪਹਿਲੇ ਸਮੇਂ ਚ ਮੈਨੂੰ ਯਾਦ ਆ ਕਿ ਮੇਰੇ ਮਦਰ ਮੈਨੂੰ ਮੈਨੂੰ ਗੋਚ ਪਾ ਕੇ ਸੁਖਮਨੀ ਸਾਦਾ ਪਾਠ ਕਰਦੇ ਹੁੰਦੇ ਸਨ ਜੀ ਤੇ ਗੱਲ ਵੀ ਸਿਸਟਮ ਐਸਾ ਬਣ ਗਿਆ ਏ ਕਿ ਮਹਿੰਗਾਈ ਇੰਨੀ ਹੈ ਕਿ ਸਭ ਨੂੰ ਅਰਨਿੰਗ ਹੈਂਡ ਹੋਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਹੈ ਨਾ ਹੁੰਦੀ ਜਿਹੜੀ ਔਰਤ ਹੈ ਪੜ੍ਹ ਲਿਖ ਕੇ ਅਗਰ ਉਹ ਜੌਬ ਨਹੀਂ ਕਰਦੀ ਤਾਂ ਫਿਰ ਉਹਦਾ ਵੀ ਫਿਊਚਰ ਕੁਛ ਨਹੀਂ ਹੈ ਇਹ ਮਜਬੂਰੀਆਂ ਹਾਲਾਤ ਐਸੇ ਬਣ ਰਹੇ ਨੇ ਠੀਕ ਹੈ ਤਾਂ ਉਹਦਾ ਪ੍ਰਭਾਵ ਜਿਹੜਾ ਬੱਚਿਆਂ ਤੇ ਵੀ ਹੋ ਰਿਹਾ ਕਿ ਪਹਿਲੀ ਗੱਲ ਤੇ ਮਾਵਾਂ ਹੀ ਇੰਪੇਸ਼ੀਐਂਟ ਨੇ ਕਿ ਸਾਡਾ ਸਿਸਟਮ ਐਸਾ ਹੋ ਗਿਆ ਕਿ ਉਹਨਾਂ ਨੂੰ ਪਹਿਲਾਂ ਉਹਨਾਂ ਨੇ ਆਪਣੇ ਪਰਿਵਾਰਾਂ ਚ ਵਿਚਰਨਾ ਪਾਠ ਪੂਜਾ ਵੀ ਕਰਨੀ ਸੰਸਕਾਰ ਵੀ ਦੇਨੇ ਪਰ ਹੁਣ ਦੇ ਬੱਚੇ ਉਹਨਾਂ ਤੋਂ ਵਾਂਝੇ ਹੋ ਰਹੇ ਨੇ ਉਹ ਮਜਬੂਰੀ ਵਸ ਨੇ ਅਸੀਂ ਇਹ ਨਹੀਂ ਕਹਿੰਦੇ ਅਸੀਂ ਮਾਵਾਂ ਨੂੰ ਵੀ ਦੋਸ਼ ਨਹੀਂ ਦਿੰਦੇ ਪਰ ਜੋ ਹਾਲਾਤ ਬਣਦੇ ਜਾ ਰਹੇ ਨੇ ਦੂਸਰਾ ਪੇਸ਼ੈਂਟ ਜਿਹੜੇ ਪੇਰੈਂਟਸ ਹੈਗੇ ਨੇ ਹੁਣ ਸਭ ਦੇ ਇੱਕ ਇੱਕ ਦੋ ਦੋ ਬੱਚੇ ਨੇ ਤਾਂ ਉਹ ਆਪਣੇ ਬੱਚਿਆਂ ਨੂੰ ਹਰ ਸੁਵਿਧਾ ਦਿੰਦੇ ਨੇ ਤਾਂ ਉਹਦੇ ਕਰਕੇ ਬੱਚੇ ਵੀ ਜਿਹੜਾ ਕਿਹਾ ਨਾ ਪੈਂਪਰਡ ਹੋ ਗਏ ਨੇ ਤਾਂ ਉਹ ਅਪ ਟੀਚਰ ਦੀ ਗੱਲ ਨੂੰ برداشت ਨਹੀਂ ਕਰਦੇ ਸਾਰੇ ਨਹੀਂ ਕੁਝ ਕੁ ਬੱਚੇ ਐਸੇ ਵੀ ਹੈਗੇ ਨੇ ਉਹ ਜੋ ਟੀਚਰ ਡਾਂਟਦੇ ਨੇ ਉਸ ਨੂੰ ਮੰਨਦੇ ਵੀ ਨਹੀਂ ਪਰ ਜ਼ਿਆਦਾਤਰ ਬੱਚੇ ਅਗਰ ਅਸੀਂ ਕਿਸੇ ਬੱਚੇ ਨੂੰ ਕੁਝ ਕਹਿ ਦਿੰਦੇ ਆ ਤਾਂ ਪੇਰੈਂਟਸ ਕਈ ਵਾਰੀ ਆ ਕੇ ਕਹਿ ਦਿੰਦੇ ਨੇ ਵੀ ਤੁਸੀਂ ਸਾਡੇ ਬੱਚੇ ਨੂੰ ਕਿਹਾ ਹ ਕਿਵੇਂ ਉਸ ਟਾਈਮ ਦੇਖੋ ਵੀ ਇੱਕ ਅਧਿਆਪਕ ਦੀ ਕੀ ਸਥਿਤੀ ਹੋ ਜਾਂਦੀ ਹੈ ਅਧਿਆਪਕ ਇਸ ਇਤੇ ਜ਼ਿੰਮੇਵਾਰੀਆਂ ਵੀ ਬਹੁਤ ਨੇ ਤੁਸੀਂ ਬੱਚੇ ਨੂੰ ਕੁਝ ਕਹਿ ਨਹੀਂ ਸਕਦੇ ਰਿਜ਼ਲਟ ਵੀ ਤੁਸੀਂ 100% ਦੇਣੇ ਪਰ ਇਹਦੇ ਵਿੱਚ ਮੈਂ ਇੱਕ ਗੱਲ ਕਹਾਂਗੀ ਕਿ ਪ੍ਰਿੰਸੀਪਲ ਜਿਹੜੇ ਨੇ ਬੜੇ ਜਿਹੜੇ ਕਾਬਿਲ ਜਿਹੜੇ ਦੂਰ ਅੰਦੇਸ਼ੀ ਹੁੰਦੇ ਨੇ ਸੁਹਿਰਦ ਹੁੰਦੇ ਨੇ ਉਹਨਾਂ ਦਾ ਵੀ ਬੜਾ ਇੰਪੋਰਟੈਂਟ ਰੋਲ ਹੈ ਅਗਰ ਉਹ ਆਪਣੇ ਟੀਚਰਸ ਨੂੰ ਇੱਕ ਸੁਖਾਵਾਂ ਮਾਹੌਲ ਦਿੰਦੇ ਨੇ ਕਿਉਂਕਿ ਟੀਚਰਸ ਵੀ ਬਹੁਤ ਪ੍ਰੈਸ਼ਰ ਚੱਲਦੇ ਮੈਂ ਅੱਗੇ ਜਾ ਕੇ ਗੱਲ ਕਰਾਂਗੀ ਉਹਨਾਂ ਨੂੰ ਸੁਖਾਵਾਂ ਮਾਹੌਲ ਦਿੰਦੇ ਨੇ ਤੇ ਉਹ ਵੀ ਕਿਤੇ ਥੋੜੀ ਟੈਨਸ਼ਨ ਫ੍ਰੀ ਹੁੰਦੇ ਨੇ ਤੇ ਉਹ ਵੀ ਉਹਨਾਂ ਚ ਵੀ ਪੇਸ਼ੈਂਟਸ ਆਉਂਦੀ ਹੈ ਟੀਚਰਸ ਵੀ ਆਉਂਦੀ ਹੈ ਸੋ ਇੱਕ ਰੈਲਵੇ ਮਿਲਵੇਂ ਜਿਹੜੇ ਇਹ ਹੈਗੇ ਨੇ ਐਫਰਟਸ ਨੇ ਇਹ ਇਹਦੇ ਵਿੱਚ ਸਾਨੂੰ ਜਿਹੜੇ ਸਕੂਲ ਪ੍ਰਿੰਸੀਪਲ ਨੇ ਸਾਨੂੰ ਜਿਹੜੇ ਪੇਰੈਂਟਸ ਨੇ ਉਹਨਾਂ ਦਾ ਸਾਥ ਬਹੁਤ ਜ਼ਰੂਰੀ ਹੈ ਅਗਰ ਅਸੀਂ ਇੱਕ ਸਟੂਡੈਂਟ ਔਰ ਟੀਚਰ ਦਾ ਹੈਲਦੀ ਇੱਕ ਰਿਲੇਸ਼ਨਸ਼ਿਪ ਚਾਹੁੰਦੇ ਆ ਦੂਸਰੀ ਗੱਲ ਜਿਹੜੀ ਤੁਸੀਂ ਇਹ ਗੱਲ ਕੀਤੀ ਹੈਗੀ ਹੈ ਕਿ ਕੋਵਿਡ ਦੇ ਦੌਰਾਨ ਹਾਂ ਕੋਵਿਡ ਦੇ ਦੌਰਾਨ ਦੇਖੋ ਵਿਦਿਆਰਥੀ ਤੋਂ ਬਿਨਾਂ ਤੇ ਸਕੂਲ ਵੀ ਸੁਣਨੇ ਆ ਅਸੀਂ ਜਦੋਂ ਜਾਂਦੇ ਸੀ ਸਕੂਲ ਤਾਂ ਸਾਡ ਨੂੰ ਵੀ ਉਹ ਕਹਿੰਦੇ ਨੇ ਪਾ ਪਾ ਕਰਦੇ ਸਾਨੂੰ ਕਮਰੇ ਨਜ਼ਰ ਆਉਂਦੇ ਸਨ ਤਾਂ ਜਦੋਂ ਅਸੀਂ ਆਨਲਾਈਨ ਸ਼ੁਰੂ ਕੀਤਾ ਦੇਖੋ ਪਹਿਲਾਂ ਤੇ ਸਾਰੇ ਜਿਹੜੇ ਟੀਚਰਸ ਜਿਹੜੇ ਉਹ ਆਨਲਾਈਨ ਪੜਾਉਣਾ ਉਹਨਾਂ ਨੂੰ ਬਹੁਤ ਔਖਾ ਲੱਗਦਾ ਸੀ ਜਿਹੜੇ ਯੰਗ ਟੀਚਰਸ ਨੇ ਉਹ ਤਾਂ ਟੈਕਨੋਲੋਜੀ ਨਾਲ ਜੁੜੇ ਹੋਏ ਸਨ ਪਰ ਜਿਹੜੇ ਸੀਨੀਅਰਸ ਹਨ ਉਹਨਾਂ ਨੂੰ ਬੜੀ ਮੁਸ਼ਕਲ ਆਈ ਪਰ ਇਸ ਦੌਰ ਦੇ ਵਿੱਚ ਉਹਨਾਂ ਨੇ ਵੀ ਸਿੱਖਿਆ ਉਹ ਵੀ ਇੱਕ ਸਟੂਡੈਂਟ ਦੀ ਤਰ੍ਹਾਂ ਉਹਨਾਂ ਨੇ ਲਰਨ ਕੀਤਾ ਪਰ ਕੁਝ ਜਿਹੜੇ ਬਹੁਤ ਸੀਨੀਅਰ ਨੇ ਉਹਨਾਂ ਨੇ ਆਪਣੇ ਬੱਚਿਆਂ ਤੋਂ ਸਿੱਖਿਆ ਦੇਖੋ ਇੱਕ ਅਧਿਆਪਕ ਜਿਹਦੀ ਏਜ ਕੋਈ 52 55 ਸਾਲ ਹੈ ਉਹਨਾਂ ਨੇ ਵੀ ਕੋਵਿਡ ਦੇ ਦੌਰਾਨ ਆਪਣੇ ਜਿਹੜੇ ਬੱਚੇ ਨੇ ਆਪਣੇ ਬੇਟਾ ਬੇਟੀ ਹੈ ਉਹਨਾਂ ਕੋਲੋਂ ਸਿੱਖਿਆ ਜਾਂ ਜਿਹੜੇ ਯੰਗ ਟੀਚਰਸ ਨੇ ਉਹਨਾਂ ਕੋਲ ਸਿੱਖ ਕੇ ਉਸ ਟੈਕਨੋਲੋਜੀ ਨੂੰ ਅਡਾਪਟ ਕੀਤਾ ਪਰ ਇਹਦੇ ਵਿੱਚ ਇਹ ਅਗਲੇ ਵੀ ਜਿਹੜੇ ਬਹੁਤ ਛੋਟੇ ਬੱਚੇ ਸਨ ਵੀ ਉਹ ਮਦਰਸ ਅਟੈਂਡ ਕਰਦੀਆਂ ਸਨ ਉਹ ਕਹਿੰਦੇ ਸਨ ਵੀ ਆਨਲਾਈਨ ਅਸੀਂ ਇੰਨਾ ਟਾਈਮ ਨਹੀਂ ਦੇ ਸਕਦੇ ਸਾਡੇ ਘਰ ਦੇ ਰੁਝੇਵੇਂ ਨੇ ਤੇ ਤੁਸੀਂ ਸਾਨੂੰ ਵੀਡੀਓਜ਼ ਬਣਾ ਕੇ ਭੇਜੋ ਉਹ ਫਿਰ ਵੀਡੀਓਜ਼ ਬਣਾ ਕੇ ਵੀ ਭੇਜਣੀਆਂ ਪਰ ਮੈਂ ਕਿੰਨੀ ਵੀ ਜਿਹੜੇ ਇਹ ਬੱਚਿਆਂ ਦਾ ਨਰਸਰੀ ਐਲकेजी ਦਾ ਉਹ ਜਿਹੜਾ ਟਾਈਮ ਹੈ ਨਾ ਉਹ ਇੱਕ 골ਡਨ ਟਾਈਮ ਉਹ ਬਹੁਤ ਖਰਾਬ ਹੋਇਆ ਕਿ ਸਾਡੇ ਕੋਲ ਜਿਹੜੇ ਰੋਂਦੇ ਹੋਏ ਬੱਚੇ ਆਉਂਦੇ ਨੇ ਤੇ ਕਿਸ ਤਰ੍ਹਾਂ ਜਿਹੜੇ ਸਾਡੇ ਟੀਚਰਸ ਨੇ ਉਹਨਾਂ ਨੂੰ ਆਪਣੇ ਗਲ ਨਾਲ ਲਗਾਉਂਦੇ ਨੇ ਮੈਂ ਕਹਿੰਦੀ ਅਨਮੈਰਿਡ ਕੁੜੀਆਂ ਹੁੰਦੀਆਂ ਨੇ ਪਰ ਉਹ ਇੱਕ ਮਾਂ ਦਾ ਰੋਲ ਆਦਾ ਕਰਦੀਆਂ ਨੇ ਜੀ ਠੀਕ ਹੈ ਇਹ ਬੜੀ ਵੱਡੀ ਇੱਕ ਗੱਲ ਹੈ ਕੋਈ ਮਿੱਠੀ ਯਾਦ ਹੋਵੇ ਤਾਂ ਸਾਂਝਾ ਕਰੋ ਹਾਂ ਮਿੱਠੀ ਯਾਦ ਦੇਖੋ ਜਦੋਂ ਬੱਚੇ ਰੋਂ ਮੈਂ ਇੱਕ ਵਾਰੀ ਐਨਜੀ ਰੌਂਡ ਤੇ ਗਈ ਤਾਂ ਇੱਕ ਬੱਚਾ ਬਹੁਤ ਰੋ ਰਿਹਾ ਸੀ ਉਹ ਸਾਡੇ ਟੀਚਰ ਨੇ ਬੜਿਆਂ ਨੂੰ ਪਲੋਸਿਆ ਪਿਆਰ ਕੀਤਾ ਪਰ ਉਹ ਕਹਿੰਦੇ ਸੀ ਕਿ ਤੁਸੀਂ ਮੇਰੇ ਮੰਮੀ ਨੂੰ ਬੁਲਾ ਦੋ ਮੇਰੇ ਮੰਮੀ ਨੂੰ ਬੁਲਾ ਦੋ ਮੈਂ ਜਦੋਂ ਗਈ ਉਹ ਕਹਿੰਦੇ ਮੈਂ ਮੈਂ ਇੱਥੇ ਚੁੱਪ ਨਹੀਂ ਕਰ ਰਿਆ ਬੱਚੇ ਹਾਜ਼ਰ ਜਮਾ ਵੀ ਬਹੁਤ ਨੇ ਮੈਂ ਤੁਹਾਨੂੰ ਉਹ ਗੱਲ ਦੱਸਦੀ ਆ ਤੇ ਮੈਂ ਜਦੋਂ ਗਈ ਮੈਂ ਕਿਹਾ بیٹے ਕੋਈ ਗੱਲ ਨਹੀਂ ਤੁਹਾਡੇ ਮਮਾ ਨੂੰ ਅਸੀਂ ਹੁਣੇ ਫੋਨ ਕਰ ਦਿੰਦੇ ਆ ਤੇ ਬੜੇ ਪਿਆਰ ਨਾਲ ਮੈਂ ਬੋਲੀ ਮੈਂ ਆਪਣੇ ਮੋਬਾਈਲ ਕੰਨ ਨੂੰ ਲਗਾਇਆ ਤੇ ਚਲੋ ਮੈਂ ਗੱਲ ਕੀਤੀ ਮੈਂ ਕਿਹਾ بیٹے ਤੁਹਾਡੇ ਮੰਮੀ ਕਹਿੰਦੇ ਮੈਂ ਹੁਣੇ ਆਈ ਔਰ ਬੱਚੇ ਦੇਖੋ ਕੀ ਜੋ ਆਵਦਾ ਕਹਿੰਦੇ ਮੈਂ ਆਪ ਨੰਬਰ ਤੇ ਤੁਸੀਂ ਪੁੱਛਿਆ ਹੀ ਨਹੀਂ ਔਰ ਅਸੀਂ ਖੜਖੜਾ ਕੇ ਸਾਰੇ ਹੱਸ ਪਏ ਔਰ ਉਹਦੀ ਜਿਹੜੀ ਪ੍ਰੈਜੈਂਸ ਆਫ ਮਾਈਂਡ ਨੂੰ ਵੀ ਦੇਖ ਕੇ ਵੀ ਅੱਜ ਕੱਲ ਦੇ ਬੱਚੇ ਨਾ ਸ਼ਾਰਪ ਵੀ ਬਹੁਤ ਨੇ ਬਹੁਤ ਐਕਟਿਵ ਨੇ ਤਾਂ ਇਹ ਜਿਹੜਾ ਉਹਨਾਂ ਦੀ ਇਹਨਾਂ ਦੀ ਬੱਚਿਆਂ ਦੀ ਮਾਸੂਮੀਅਤ ਹੈ ਨਾ ਉਹ ਵਸ ਘਰਾਂ ਦੇ ਵਿੱਚ ਇਸੇ ਤਰੀਕੇ ਉਹਨਾਂ ਦਾ ਟਾਈਮ ਨਿਕਲ ਗਿਆ ਸਾਡੇ ਕੋਲ ਹੁਣ ਜਿਹੜੇ ਐਲ ਕੇਜੀ ਦੇ ਬੱਚੇ ਆਏ ਨੇ ਸਲੇਬਾ ਸੋ ਦੇ ਅਕੋਰਡਿੰਗਲੀ ਹੈ ਪਰ ਉਹ ਬੱਚੇ ਸਾਡੇ ਲਈ ਨਰਸਰੀ ਵਾਲੇ ਨੇ ਕਿਉਂਕਿ ਉਹ ਐਲ ਕੇਜੀ ਵਾਲੇ ਬੱਚੇ ਉਹ ਨਰਸਰੀ ਦਾ ਹੀ ਉਸੇ ਉਸੇ ਤਰੀਕ ਅਸੀਂ ਉਹਨਾਂ ਨੂੰ ਸੰਭਾਲਦੇ ਆ ਉਹਨਾਂ ਲਈ ਉਹ ਫਰਸਟ ਟਾਈਮ ਹੈਗਾ ਤੇ ਉਹਨਾਂ ਨੂੰ ਬਿਠਾਉਣਾ ਉਹਨਾਂ ਨੂੰ ਪੈਨਸਲ ਪਕੜਾਉਣੀ ਲਿਖਣਾ ਕਰਨਾ ਇਸ ਤਰ੍ਹਾਂ ਦੀਆਂ ਪ੍ਰੋਬਲਮਸ ਟੀਚਰਸ ਨੂੰ ਬਹੁਤ ਔਖਾ ਹੈਂਡਲ ਕਰਨਾ ਫਿਰ ਅਸੀਂ ਜਿਹੜੇ ਆਨਲਾਈਨ एग्जाम ਲਏ ਉਹ ਸਾਨੂੰ ਵੀ ਪਤਾ ਸਾਰਿਆਂ ਨੂੰ ਵੀ ਆਨਲਾਈਨ एग्जाम ਦੀ ਕੋਈ ਵੈਲਿਊ ਨਹੀਂ ਹੈ ਜਸਟ ਇੱਕ ਫਾਰਮੈਲਟੀ ਹੈ ਜਿਹੜਾ ਇੱਕ ਆਫਲਾਈਨ ਅਸੀਂ ਇਮਤਿਹਾਨ ਲੈਂਦੇ ਹਾਂ ਬੱਚੇ ਦਾ ਬੱਚੇ ਯਾਦ ਕਰਦੇ ਨੇ ਤਾਂ ਉਹ ਇੱਕ ਉਹੀ ਫਾਇਦਾ ਹੈ ਤਾਂ ਜਦੋਂ ਸਾਡੇ ਕੋਲ ਹੁਣ ਸਟੂਡੈਂਟਸ ਆਏ ਨੇ ਤੇ ਕਾਫੀ ਬਲੈਂਕ ਨੇ ਬੱਚੇ ਬਹੁਤ ਘੱਟ ਬੱਚੇ ਨੇ ਜਿਹੜੇ ਆਨਲਾਈਨ ਟੀਚਰਸ ਤੇ ਆਪਣੇ ਵੱਲ ਕਰਵਾ ਰਹੇ ਨੇ ਪਰ ਇੱਕ ਜਿਹੜਾ ਕਲਾਸਰੂਮ ਟੀਚਿੰਗ ਜੋ ਹੈ ਉਹਦਾ ਇੱਕ ਆਪਣਾ ਹੀ ਪ੍ਰਭਾਵ ਹੁੰਦਾ ਔਰ ਅਸੀਂ ਜਦੋਂ ਫੇਸ ਟੂ ਫੇਸ ਬੱਚਿਆਂ ਨੂੰ ਦੇਖਦੇ ਆ ਸਾਨੂੰ ਬੱਚਿਆਂ ਦੇ ਐਕਸਪ੍ਰੈਸ਼ਨ ਤੋਂ ਪਤਾ ਚੱਲਦਾ ਕਿੰਨਾ ਕੋਈ ਅੰਡਰਸਟੈਂਡ ਕਰ ਪਾਇਆ ਤਾਂ ਇਹ ਆਨਲਾਈਨ ਇੱਕ ਸੀ ਉਸ ਸਮੇਂ ਨੂੰ ਅਜ਼ਾਇਆ ਨਾ ਗਵਾਈਏ ਤੇ ਬਸ ਉਹਨਾਂ ਕੀ ਸੀਮਤ ਹੈ ਪਰ ਜੋ ਇੱਕ ਰਵਾਇਤੀ ਸਾਡੀ ਟੀਚਿੰਗ ਹੈਗੀ ਹੈ ਸਿਸਟਮ ਉਹਦਾ ਕੋਈ ਵੀ ਬਦਲ ਨਹੀਂ ਹੋ ਸਕਦਾ ਜਦੋਂ ਬੱਚੇ ਸਕੂਲ ਚ ਆਉਂਦੇ ਨੇ ਆਪਣੇ ਫਰੈਂਡਸ ਨੂੰ ਮਿਲਦੇ ਨੇ ਛੋਟੇ ਬੱਚਿਆਂ ਚ ਖਾਸ ਕਰਕੇ ਗੁਰਨੀਤ ਵੀ ਉਹ ਜਿਵੇਂ ਖਾਣਾ ਨਹੀਂ ਖਾਂਦੇ ਜਦੋਂ ਆ ਕੇ ਸਕੂਲ ਚ ਦੇਖਦੇ ਨੇ ਵੀ ਬਾਕੀ ਖਾ ਰਹੇ ਨੇ ਤਾਂ ਉਹ ਲੰਚ ਕਰਦੇ ਨੇ ਪ੍ਰੋਪਰ ਜਿਹੜੇ ਐਟੀਕੀਟਸ ਮੈਨਰਸ ਹਾਊ ਟੂ ਮੂਵ ਇਨ ਸਕੂਲ ਹਾਊ ਟੂ ਮੂਵ ਇਨ ਕਲਾਸ ਐਂਡ ਹਾਊ ਟੂ ਸ਼ੇਅਰ ਯਰ ਲੰਚ ਵਿਦ ਆਦਰਸ ਤਾਂ ਬੱਚੇ ਏ ਸਕੂਲ ਤੋਂ ਹੀ ਸਿੱਖਦੇ ਨੇ ਸੋ ਇਹ ਜਿਹੜਾ ਚਲੋ ਔਖਾ ਦੌਰ ਸੀ ਇਹ ਹੁਣ ਨਿਕਲ ਗਿਆ ਤੇ ਅਸੀਂ ਇਹੀ ਦੁਆ ਕਰਦੇ ਆਂ ਕਿ ਜਿਹੜਾ ਇੱਕ ਸਟੂਡੈਂਟ ਔਰ ਟੀਚਰ ਜਿਹੜੇ ਕਲਾਸ 'ਚ ਬੈਠ ਕੇ ਅਸੀਂ ਪੜਾਉਂਦੇ ਆਂ ਤੇ ਔਰ ਬੱਚਿਆਂ ਦੇ ਅਸੀਂ ਫੈਮਿਲੀ ਬਾਰੇ ਵੀ ਜਾਣਦੇ ਆ ਸਾਨੂੰ ਇੱਕ ਅੱਛਾ ਟੀਚਰ ਉਹੀ ਹੈ ਜਿਹੜਾ ਕੱਲਾ ਸਟੂਡੈਂਟ ਤੱਕ ਨਹੀਂ ਉਹਦੀ ਬੈਕਗ੍ਰਾਉਂਡ ਤੱਕ ਵੀ ਜਾਵੇ ਸਾਡੇ ਐਸੇ ਟੀਚਰਸ ਹੈਗੇ ਨੇ ਜਿਹੜੇ ਬੱਚਿਆਂ ਦੇ ਪਰਿਵਾਰਾਂ ਤੱਕ ਵੀ ਜਾਂਦੇ ਨੇ ਔਰ ਪੇਰੈਂਟਸ ਵੀ ਬਹੁਤ ਕੋਆਪਰੇਟ ਕਰਦੇ ਨੇ ਔਰ ਅਸੀਂ ਹਮੇਸ਼ਾ ਉਹਨਾਂ ਪੇਰੈਂਟਸ ਦੇ ਥੈਂਕਫੁਲ ਹੁੰਨੇ ਆ ਹੁਣ ਕੋਵਿਡ ਦੇ ਦੌਰਾਨ ਜਿਹੜੇ ਪੇਰੈਂਟਸ ਨੇ ਸਾਨੂੰ ਕੋਆਪਰੇਟ ਕੀਤਾ ਇਹ ਸਕੂਲ ਸਾਡੇ ਚੱਲੇ ਹੀ ਉਹਨਾਂ ਦੇ ਕਰਕੇ ਨੇ ਹਮਮ ਕਈ ਪੇਰੈਂਟਸ ਐਸੇ ਨਹੀਂ ਆ ਉਹ ਫੀਸਾਂ ਵਾਸਤੇ ਵੀ ਲੜਨ ਲੈ ਵੀ ਆਉਂਦੇ ਸਨ ਕਿਉਂਕਿ ਜਿਹੜਾ ਇਹ profession ਹੈ ਨਾ ਇਹਦੇ ਵਿੱਚ ਬੜੀ ਤਰ੍ਹਾਂ ਦੀਆਂ ਪ੍ਰੋਬਲਮਸ ਸਾਨੂੰ ਫੇਸ ਕਰਨੀਆਂ ਪੈਂਦੀਆਂ ਨੇ ਪਰ ਹਾਲਾਤ ਹੀ ਐਸੇ ਸਨ ਜਿਹੜੇ ਪੇਰੈਂਟਸ ਨੇ ਉਹ ਵੀ ਮਜਬੂਰ ਸਨ ਫੀਸਾਂ ਕਿਉਂਕਿ ਪੈਸੇ ਦੀ ਸਭ ਕੁਲ ਤੰਗੀ ਸੀ ਸੋ ਇਹ ਜਿਹੜਾ ਔਖਾ ਦੌਰ ਸੀ ਕੁਝ ਪੇਰੈਂਟਸ ਨੇ ਬਹੁਤ ਅੱਛੇ ਤਰੀਕੇ ਦੇ ਨਾਲ ਕੋਆਪਰੇਟ ਕੀਤਾ ਔਰ ਸਟੂਡੈਂਟਸ ਨੋ ਤਾਂ ਚਲੋ ਹੈ ਹੀ ਹੈ ਜਿਹੜੇ ਟੀਚਰਸ ਨੇ ਉਹਨਾਂ ਦੀ ਕਾਉਂਸਲ ਅਡਵਾਈਸ ਕੀਤੀ ਸੋ ਕੁੱਲ ਮਿਲਾ ਕੇ ਇਹ ਸਟੂਡੈਂਟ ਟੀਚਰ ਪੇਰੈਂਟਸ ਪਲਸ ਪ੍ਰਿੰਸੀਪਲ ਮੈਂ ਇਹ ਗੱਲ ਤੁਹਾਨੂੰ ਦੇਖੋ ਜ਼ੋਰ ਦੇ ਕੇ ਕਹਿ ਰਹੀ ਆ ਕਿਉਂਕਿ ਪ੍ਰਿੰਸੀਪਲ ਦੇ ਅੰਡਰ ਦੇਖੋ ਕਿੰਨੇ ਉਹ ਜਿਹੜੇ ਟੀਚਰਸ ਨੇ ਜਿਹੜੇ ਸਟੂਡੈਂਟਸ ਨੇ ਪੈਰੈਂਟਸ ਨੇ ਇਹ ਤਿੰਨੇ ਜਿਹੜੀ ਇੱਕ ਕੜੀ ਹੈ ਨਾ ਇਹ ਉਹਨਾਂ ਨੂੰ ਇੱਕ ਜਿਹੜਾ ਪ੍ਰਿੰਸੀਪਲ ਨੇ ਇੱਕ ਧਾਗੇ ਚ ਪਰੋ ਕੇ ਰੱਖਣਾ ਹੁੰਦਾ ਤੇ ਉਹਨਾਂ ਦਾ ਇੱਕ ਬੜਾ ਵੱਡਾ ਰੋਲ ਹੁੰਦਾ ਹੈ ਅਗਰ ਪ੍ਰਿੰਸੀਪਲਸ ਟੀਚਰਸ ਵੀ ਪ੍ਰੋਬਲਮ ਨੂੰ ਸਮਝਦੇ ਨੇ ਤਾਂ ਟੀਚਰਸ ਵੀ ਕਿਤੇ ਰਿਲੈਕਸ ਫੀਲ ਕਰਦੇ ਨੇ ਉਹ ਆਪਣਾ ਆਉਟਪੁੱਟ ਜ਼ਿਆਦਾ ਅੱਛਾ ਦਿੰਦੇ ਨੇ ਜੀ ਸੋ ਇਹ ਕਈ ਕਾਰਨ ਕਰਕੇ ਸਾਨੂੰ ਜਿਹੜਾ ਹੈਗਾ ਵੀ ਇਸ ਦੌਰ ਦੇ ਵਿੱਚ ਮੁਸੀਬਤਾਂ ਵੀ ਠਾਣੀਆਂ ਪਈਆਂ ਪਰ ਕੁਲ ਮਿਲਾ ਕੇ ਹੋਣ ਜੜਾ ਹੈ ਇੱਕ ਕਾਫੀ ਮਾਹੌਲ ਜੜਾ ਜਿਹੜਾ ਗੱਡੀ ਲੀਤੇ ਆ ਗਈ ਹੈ ਬਹੁਤ ਖੂਬਸੂਰਤ ਗੱਲ ਮੈਮ ਹੋਰ ਨੇ ਕਹੀ ਹੈ ਕਿ ਕੁਲ ਮਿਲਾ ਕੇ ਬੌਂਡਿੰਗ ਤੇ ਕਨੈਕਟੀਵਿਟੀ ਦੇ ਵਿੱਚ ਘਾਟ ਆਇਆ ਹੈ ਕੋਵਿਡ ਕਰਕੇ ਔਰ ਜਿਹੜੀ ਮਹਾਨ ਕੁੱਖਾਂ ਦੀ ਗੱਲ ਕੀਤੀ ਹੈ ਉਹ ਇੱਕ ਵਿਦਵਾਨ ਨੇ ਵੀ ਕਿਹਾ ਕਿ ਮੈਨੂੰ ਕਿਸੇ ਨੇ ਪੁੱਛਿਆ ਕਿ ਹੁਣ ਈਸਾ ਮਸੀ ਬਾਬਾ ਨਾਨਕ ਵਰਗੇ ਪੈਗੰਬਰ ਜਿਹੜੇ ਉਹ ਜਨਮ ਕਿਉਂ ਨਹੀਂ ਲੈਂਦੇ ਤੇ ਕਹਿੰਦੇ ਮੈਂ ਬੜੇ ਹੀ ਖੁਸ਼ ਹੋ ਕੇ ਤੇ ਬੜੇ ਹੀ ਆਸਾਨੀ ਨਾਲੇ ਜਵਾਬ ਦੇ ਦਿੱਤਾ ਕਿ ਮਹਾਨ ਰੂਹਾਂ ਨੂੰ ਉਤਰਨ ਵਾਸਤੇ ਮਹਾਨ ਕੁੱਖਾਂ ਦੀ ਲੋੜ ਹੁੰਦੀ ਹੈ ਤੇ ਹੁਣ ਮਹਾਨ ਕੁੱਖਾਂ ਹੈ ਹੀ ਨਹੀਂ ਤੇ ਪੈਗੰਬਰ ਪੈਦਾ ਕਿੱਦਾਂ ਹੋਣ ਡਾਕਟਰ ਸਾਹਿਬ ਤੁਸੀਂ ਆਪਣੇ ਤਜਰਬੇ ਦੀ ਕੋਈ ਇਸ ਤਰ੍ਹਾਂ ਦੀ ਯਾਦ ਸਾਂਝਾ ਕਰਨਾ ਚਾਹੋਗੇ ਜੋ ਤੁਹਾਡੇ ਦਿਲ ਦੇ ਕਾਫੀ ਕਰੀਬ ਹੋਵੇ ਥੋੜੀ ਜਿਹੀ ਮਜ਼ਾਈਆ ਹੋਵੇ ਇਸ ਤਰ੍ਹਾਂ ਹੈ ਕਿ ਪੜਾਉਣ ਦੇ ਨਾਲ ਨਾਲ ਕਿਉਂਕਿ ਡਿਸਪਲਨ ਦੀ ਵੀ ਸਾਨੂੰ ਡਿਊਟੀ ਕਰਨੀ ਪੈਂਦੀ ਆ ਤਾਂ ਇਸ ਤਰ੍ਹਾਂ ਹੀ ਬੱਚਿਆਂ ਦੀ ਇੱਕ ਵਾਰ ਲੜਾਈ ਹੋ ਗਈ ਤੇ ਉਹਦੇ ਜਿਵੇਂ ਮੈਡਮ ਨੇ ਕਿਹਾ ਕਿ ਪੇਰੈਂਟਸ ਨਾਲ ਵੀ ਸਾਡੇ ਅਸੀਂ ਕਨੈਕਟ ਰੱਖਦੇ ਆ ਆਪਣਾ ਤਾਲਮੇ ਰੱਖਦੇ ਆ ਤਾਂ ਉਹ ਤੁਹਾਨੂੰ ਕਈ ਤਰ੍ਹਾਂ ਦੀਆਂ ਪ੍ਰੋਬਲਮ ਦੂਰ ਕਰਨ ਦੇ ਲਈ ਵੀ ਹੈਲਪਫਲ ਹੁੰਦਾ ਆ ਤਾਂ ਉਹ ਉਹਦੇ ਫਾਦਰ ਸਾਹਿਬ ਬੈਂਕ ਦੇ ਵਿੱਚ ਜੌਬ ਕਰਦੇ ਸੀ ਅਸੀਂ ਬੈਂਕ ਦੇ ਵਿੱਚ ਕਿਉਂਕਿ ਸਾਡੀ ਸੈਲਰੀ ਉਸ ਬੈਂਕ ਦੇ ਵਿੱਚ ਜਾਂਦੀ ਸੀ ਤੇ ਇਹਦੇ ਕਰਕੇ ਚਲੋ ਇੱਕ ਦੂਸਰੇ ਦੇ ਨਾਲ ਸਾਡਾ ਲਿੰਕ ਬਣ ਜਾਂਦਾ ਸੀ ਉਹ ਕਿਸੇ ਮੁੰਡੇ ਨਾਲ ਲੜਾਈ ਹੋ ਗਈ ਗੇਟ ਦੇ ਉੱਪਰ ਤੇ ਮੈਨੂੰ ਕਿਸੇ ਨੇ ਦੱਸਿਆ ਕਿ ਤੁਹਾਡੇ ਡਿਪਾਰਟਮੈਂਟ ਦਾ ਜਿਹੜਾ ਵਿਦਿਆਰਥੀ ਉਹਨੇ ਮੁੰਡੇ ਦੇ ਥੱਪੜ ਮਾਰਿਆ ਮੈਂ ਉਹਦੇ ਜਿਹੜੇ ਮੇਰੇ ਗੁਆਂਢ ਦੇ ਵਿੱਚ ਜਿਹੜੇ ਰਹਿੰਦੇ ਸੀਗੇ ਉਦੋਂ ਮੈਂ ਆਮ ਖਾਸ ਬਾਗ ਦੇ ਕੋਲ ਰਹਿ ਰਿਹਾ ਸੀ ਜੀ ਤੇ ਮੈਂ ਮੈਸੇਜ ਦੇ ਪਹਚਾ ਕੇ ਮੁੰਡੇ ਨੂੰ ਬੁਲਾਇਆ ਉਹ ਮੇਰੇ ਘਰੇ ਆਏ ਦੋਨੋਂ ਜਾਣੇ ਮੈਂ ਉਹਨਾਂ ਨੂੰ ਕਿਹਾ ਵੀ ਇਦਾਂ ਘਟਨਾ ਵਾਪਰੀ ਤੁਸੀਂ ਇਹ ਕਿਉਂ ਕੀਤਾ ਤੇ ਪਹਿਲਾਂ ਤਾਂ ਤੁਹਾਨੂੰ ਪਤਾ ਕਿ ਟਾਲ ਮਰੋਲ ਕਰਨਾ ਹੁੰਦਾ ਉਹਨਾਂ ਬਚਾਅ ਕਰਨਾ ਹੁੰਦਾ ਮੰਨ ਦੇਣੀ ਆ ਫਿਰ ਮੈਂ ਕਿਹਾ ਦੇਖੋ ਜੇ ਸਹੀ ਗੱਲ ਦੱਸੋਗੇ ਤੇ ਤੁਹਾਡਾ ਬਚਾਅ ਹੋਊਗਾ ਜੇ ਤੁਸੀਂ ਝੂਠ ਬੋਲੋਗੇ ਤੇ ਫਿਰ ਤੁਹਾਨੂੰ ਸਾਨੂੰ ਉਥੋਂ ਸਖਤ ਐਕਸ਼ਨ ਲੈਣਾ ਪਏਗਾ ਚਲੋ ਮੰਨ ਗਿਆ ਇਹ ਬੱਚਾ ਉਹਨੇ ਕਿਹਾ ਜੀ ਮੇਰੀ ਮੈਂ ਥੱਪੜ ਮਾਰਿਆ ਸੀ ਪਹਿਲਾਂ ਮੈਂ ਕਾਰਨ ਕੀ ਕਹਿੰਦਾ ਜੀ ਉਹ ਅੱਖਾਂ ਜੜੀਆਂ ਮੇਰੇ ਵੱਲ ਚੜਾ ਕੇ ਦੇਖਦਾ ਸੀ ਤੇ ਮੈਂ ਮੁੱਛਾਂ ਨੂੰ ਉਤਾ ਦੇਂਦਾ ਸੀ ਤੇ ਇੱਕ ਦੋ ਦਿਨ ਇਦਾਂ ਚੱਲਦਾ ਰਿਹਾ ਫਿਰ ਉਹ ਕਹਿੰਦਾ ਕਿ ਤੂੰ ਸਾਨੂੰ ਵੇਖ ਕੇ ਮੁੱਛਾਂ ਨੂੰ ਉਤਾ ਦੇਂਦਾ ਹੈ ਤੇ ਕਹਿੰਦਾ ਕਿ ਜਦੋਂ ਅਸੀਂ ਆ ਰਹੇ ਸੀ ਉਹ ਫਿਰ ਆਕਰ ਕੇ ਖੜਾ ਸੀ ਅੱਗੇ ਤੇ ਕਹਿੰਦਾ ਫਿਰ ਮੈਂ ਉਹਦੇ ਥੱਪੜ ਮਾਰਿਆ ਕਿਉਂਕਿ ਮੰਨ ਗਿਆ ਵੀ ਇਦਾਂ ਕਰਕੇ ਸਾਡੀ ਜੜੀ ਹੈ ਇਹ ਗਲਤੀ ਸੀ ਫਿਰ ਬੰਨੂ ਕਿਹਾ ਬਸ ਇਹ ਹੈ ਕਿ ਹੁਣ ਉਹ ਕਮੇਟੀ ਦੇ ਸਾਹਮਣੇ ਤੂੰ ਪੇਸ਼ ਹੋਏਂਗਾ ਜਦੋਂ ਉੱਥੇ ਤੇਨੂੰ ਇਹ ਮੰਨਣਾ ਪੈਣਾ ਹੈ ਸੱਚ ਸੱਚ ਬੋਲਣੀ ਕਿ ਆ ਮੇਰੀ ਗਲਤੀ ਹੈ ਜੀ ਕਿ ਮੈਨੂੰ ਥੱਪੜ ਨਹੀਂ ਸੀ ਮਾਰਨਾ ਚਾਹੀਦਾ ਮੈਨੂੰ ਇਹ ਆਪਣੇ ਟੀਚਰਸ ਨੂੰ ਜਾਂ ਪ੍ਰਿੰਸੀਪਲ ਸਾਹਿਬ ਨੂੰ ਜਾ ਕੇ ਦੱਸਣਾ ਪੰਦਾ ਸੀ ਤੇ ਕਾਲਜ ਵਾਲੇ ਬੰਦ ਐਕਸ਼ਨ ਲੈਂਦੇ ਲੋਨ ਇਦਾਂ ਹੀ ਐਪਲੀਕੇਸ਼ਨ ਲਿਖੀ ਤੇ ਫਿਰ ਉਹਦਾ ਮਸਲਾ ਜਿਹੜਾ ਸੀਗਾ ਹੱਲ ਹੋਇਆ ਤੇ ਉਹ ਵਧੀਆ ਐ ਇਸ ਵੇਲੇ ਵੈਲ ਸੈਟਲਡ ਐ ਯੂਕੇ ਦੇ ਵਿੱਚ ਤੇ ਕਈ ਵਾਰੀ ਗੱਲਬਾਤ ਕੋਈ ਹੋਏਗੀ ਫੇਸਬੁੱਕ ਤੇ ਚਲੋ ਅੱਜਕੱਲ ਮੈਂ ਥੋੜਾ ਘੱਟ ਐ ਪਹਿਲਾਂ ਸੀਗਾ ਤੇ ਉਹਦੇ ਤੇ ਕਈ ਵਾਰੀ ਇੱਕ ਵਾਰ ਉਹਨੇ ਕੋਈ ਪੋਸਟ ਪਾਈ ਤੇ ਮੈਂ ਉਹਦੇ ਵਿੱਚ ਲਿਖ ਦਿੱਤਾ ਬਾਹਰ ਗਿਆ ਨਾ ਵੀ ਬੁੱਲੇ ਲੁੱਟ ਦਾ ਨਜ਼ਾਰੇ ਲੈਂਦਾ ਏਦਾਂ ਦੀ ਸਾਡੇ ਡਾਕਟਰ ਜਗਜੀਵਨ ਹਣੀ ਉਹਨਾਂ ਦੇ ਵੀ ਉਹ ਸਟੂਡੈਂਟ ਰਹੇ ਆ ਉਹਨਾਂ ਵੀ ਕੋਦੇ ਤੇ ਕਮੈਂਟ ਕੀਤਾ ਮੈਂ ਥੱਲੇ ਲਿਖਦਾ ਮੈਂ ਕਿ ਤੇਰੇ ਪਾਪਾ ਜਿਹੜੇ ਹੈਗੇ ਆ ਨਾ ਉਹਨਾਂ ਨੂੰ ਕ੍ਰੈਡਿਟ ਜਾਂਦਾ ਤੈਨੂੰ ਬਾਹਰ ਭੇਜ ਜਾਂਦਾ ਵੀ ਉਹ ਸਿਆਣੇ ਰਹੇ ਆ ਉਹਨਾਂ ਨੂੰ ਪਤਾ ਸੀ ਕਿ ਇਹਨੇ ਡਾਂਗ ਖੜਕਾਉਣੀ ਇੱਥੇ ਨਹੀਂ ਤਾਂ ਉਹ ਸਮਝ ਗਿਆ ਮੁਰਗੀ ਜਿਹੜਾ ਤੇ ਫੇਸਬੁੱਕ ਦੇ ਉੱਪਰ ਉਹਨੇ ਇਸ ਚੀਜ਼ ਨੂੰ ਜਿਹੜਾ ਹੈਗਾ ਮੰਨੇ ਆ ਤੇ ਮੈਨੂੰ ਇਹ ਫੀਲ ਹੋਇਆ ਕਿ ਉਹ ਵਿਦਿਆਰਥੀ ਨੂੰ ਜੇ ਇਦਾਂ ਸੀ ਨਾ ਸਮਝਾਉਂਦੇ ਉਹਦੇ ਫਾਦਰ ਸਾਹਿਬ ਨੂੰ ਨਾਂ ਦੱਸਦੇ ਉਹ ਹਮੇਸ਼ਾ ਹੈ ਕਿ ਇਦਾਂ ਲੜਾਈ ਝਗੜਿਆਂ 'ਚ ਉਹ ਪੈ ਜਾਂਦਾ ਤੇ ਵਿਗੜ ਜਾਂਦਾ ਕੰਮ ਕਿਉਂਕਿ ਨੌਜਵਾਨ ਹੁੰਦੇ ਨੇ ਕਈ ਵਾਰੀ ਖੁੰਦਕ 'ਚ ਆ ਕੇ ਇੱਕ ਦੂਜੇ ਨਾਲ ਇਦਾਂ ਹੀ ਮਾਰਕਟਾਈ ਤੇ ਉਤਰ ਆਉਂਦੇ ਨੇ ਤੇ ਫਿਊਚਰ ਖਰਾਬ ਹੋ ਜਾਂਦਾ ਹੈ ਤੇ ਉਹਨੇ ਵਧੀਆ ਢੰਗ ਨਾਲ ਬੀ ਕਾਮ ਕੀਤੀ ਤੇ ਫਿਰ ਬਾਅਦ ਵਿੱਚ ਉਹ ਕਾਲਜ ਦਾ ਪ੍ਰੈਜ਼ੀਡੈਂਟ ਵੀ ਬਣਿਆ ਫਿਰ ਵੈਲ ਸੈਟਰਨ ਲੈ ਐਸ ਵੇਲੇ ਤੇ ਸਾਨੂੰ ਫੀਲ ਹੁੰਦਾ ਹੈ ਕਈ ਵਾਰੀ ਕਿ ਕੁਝ ਐਸਾ ਦੇ ਹੋਰ ਵੀ ਬਹੁਤ ਸਾਰੇ ਬੱਚੇ ਨੇ ਜਿਨ੍ਹਾਂ ਨੇ ਕੋਈ ਥੋੜੀ-ਬਹੁਤੀ ਮਿਸਟੇਕ ਕੀਤੀ ਅਸੀਂ ਬੁਲਾਇਆ ਸਮਝਾਇਆ ਉਹ ਸਮਝੇ ਔਰ ਅੱਜ ਉਹ ਬਹੁਤ ਉੱਚੇ ਮਕਾਮ ਤੇ ਪਹੁੰਚੇ ਆ ਜਦੋਂ ਕਰੀ ਅਸੀਂ ਮਿਲਦੇ ਹਾਂ ਕੋਈ 올ਡ ਸਟੂਡੈਂਟ ਐਸੋਸੀਏਸ਼ਨ ਦੇ ਨਾਲ ਮੁਲਾਕਾਤ ਹੁੰਦੀ ਆ ਉਦੋਂ ਵੀ ਆਪਣੀਆਂ ਗੱਲਾਂ ਸ਼ੇਅਰ ਕਰਦੇ ਹੋ ਮੈਂ ਸਾਰੀਆਂ ਕਈ ਨਹੀਂ ਸ਼ੇਅਰ ਕਰਨਾ ਚਾਹਾਂਗਾ ਕਿਉਂਕਿ ਗਰੋਉਣਾ ਆਪਣੇ ਸਾਰੇ ਪਰ ਤੁਹਾਨੂੰ ਉਹ ਦੱਸਣਾ ਚਾਹੀਦਾ ਜੋ ਜਦੋਂ ਕਿਸੇ ਵੀ ਸੰਦੂਸਰ ਰਾ ਦਾ ਸਵੇ ਨੇ ਇਹ ਰਾ ਫੁੱਲ ਗਿਆ ਹਾਂ ਸਟੂਡੈਂਟ ਆਈ ਥਿੰਕ ਮੈਂ ਹਾਕੀ ਦਾ ਇੰਚਾਰਜ ਸੀਗਾ ਕਿਉਂਕਿ ਸਕੂਲ ਲੈਵਲ ਤੇ ਖੇਡਦਾ ਵੀ ਰਿਹਾ ਜੋ ਪੜਦਾ ਸੀਗਾ ਤਾਂ ਕਾਲਜ ਦੀ ਟੀਮ ਬਣਾਈ ਤੇ ਸਾਡੇ ਡਾਕਟਰ ਗਰਮੋਣ ਸਿੰਘ ਵਾਲੀਆ ਜਿਹੜੇ ਸੀਗੇ ਪ੍ਰਿੰਸੀਪਲ ਜਦੋਂ ਬਣੇ ਇੱਥੇ 94 ਦੇ ਵਿੱਚ ਉਹਨਾਂ ਨੂੰ ਹੀ ਸਪੋਰਟਸ ਦਾ ਕਾਫੀ ਸ਼ੌਂਕ ਸੀ ਕਿਉਂਕਿ ਜਦੋਂ ਉਹ ਟੀਚਰ ਹੁੰਦੇ ਸੀਗੇ ਤੇ ਉਹ ਕ੍ਰਿਕਟ ਦੇ ਇੰਚਾਰਜ ਹੋਰ ਗੇਮਾਂ ਦੇ ਇੰਚਾਰਜ ਰਹੇ ਇਹਨਾਂ ਨੇ ਆ ਕੇ ਸਪੋਰਟਸ ਨੂੰ ਪ੍ਰੋਮੋਟ ਕੀਤਾ ਤੇ ਉਹਨਾਂ ਨੇ ਮੈਨੂੰ ਹਾਕੀ ਦਾ ਇੰਚਾਰਜ ਬਣਾਇਆ ਤਾਂ ਅਸੀਂ ਟੀਮ ਤਿਆਰ ਕੀਤੀ ਤੇ ਉਹਦੇ ਵਿੱਚ ਸਾਡੇ ਕੋਲ 16 ਪਲੇਅਰ ਵੀ ਨਹੀਂ ਸੀ ਹੈਗੇ ਸਾਡੇ ਹੀ ਉੱਥੇ ਮੈਨੂੰ ਕਿਸੇ ਨੇ ਕਿਹਾ ਜੀ ਜੌਬ ਕਰਦਾ ਸੀ ਸਾਡਾ ਇੱਕ ਸਾਥੀ ਟੀਮ 'ਚ ਰੱਖ ਲਿਓ ਕਿਉਂਕਿ ਮੇਰੇ ਕੋਲ ਤਾਂ 16 ਹੀ ਪੂਰੇ ਨਹੀਂ ਸੀ ਉਹ ਨਾ ਵੀ ਇਹ ਗੱਲ ਕਹਿੰਦਾ ਉਹਨੇ ਫਿਰ ਵੀ ਸਿਲੈਕਟ ਹੋਣਾ ਹੈ ਚਲੋ ਰੱਖ ਲਿਆ ਤੇ ਇਹਦਾ ਹੀ ਫਿਰ ਮੈਂ ਥੋੜਾ ਬਹੁਤਾ ਉਹਦਾ ਧਿਆਨ ਰੱਖਣ ਲੱਗ ਪਿਆ ਵੀ ਕਲਾਸਾਂ ਨਾ ਮਿਸ ਕਰੇ ਕਿਉਂਕਿ ਉਹਦੇ ਫਾਦਰ ਸਾਹਿਬ ਆਉਂਦੇ ਹੀ ਸਾਨੂੰ ਮਿਲਦੇ ਸੀ ਆ ਕੇ ਪੁੱਛਦੇ ਰਹਿੰਦੇ ਸੀ ਬੱਚੇ ਬਾਰੇ ਵੀ ਪੜ੍ਹਾਈ ਚ ਕਿੱਦਾਂ ਆ ਮੈਨੂੰ ਉਦੋਂ ਫਿਰ ਆਪਣੇ ਦਾਦਾ ਜੀ ਦੀ ਯਾਦ ਆ ਜਾਂਦੀ ਕਿਉਂਕਿ ਉਹ ਵੀ ਮੇਰੇ ਦਾਦਾ ਜੀ ਸਰਦਾਰ ਬਖਸ਼ੀਸ਼ ਸਿੰਘ ਜੀ ਭਾਵੇਂ ਆਪ ਅਨਪੜ੍ਹ ਸੀ ਉਹਨਾਂ ਨੇ ਵੀ ਆਪਣੇ ਬੱਚੇ ਪੜ੍ਹਾਏ ਮੇਰੇ ਚਾਚਾ ਜੀ ਦੇ ਫਾਦਰ ਸਾਹਿਬ ਹੋਣੇ ਤੇ ਮੈਨੂੰ ਲੱਗਿਆ ਕਿ ਉਹ ਵੀ ਫਾਦਰ ਸਾਹਿਬ ਹੁਣੇ ਦੱਸਦੇ ਹੁੰਦੇ ਸੀਗੇ ਕਿ ਸਾਡੇ ਪੀਤਾ ਦੇ ਦਾਦਾ ਜੀ ਇਦਾਂ ਸਾਡੇ ਮਗਰ ਆਉਂਦੇ ਹੁੰਦੇ ਸੀ ਡਾਂਗ ਲੈ ਕੇ ਕਈ ਜਿਹੇ ਉਹਨਾਂ ਨੇ ਸਕੂਲ ਦੇ ਵਿੱਚ ਭੇਜਣਾ ਵੀ ਅਸੀਂ ਮਿਸ ਕਰ ਜਾਂਦੇ ਹਾਂ ਕਲਾਸਾਂ ਤੇ ਮੈਨੂੰ ਲੱਗਿਆ ਕਿ ਇਸ ਮੁੰਡੇ ਦੇ ਫਾਦਰ ਸਾਹਿਬ ਜਿਹੜੇ ਹੈਗੇ ਨੇ ਵੀ ਇਹ ਆਪਣਾ ਬੱਚਾ ਪੜਾਉਣਾ ਚਾਹੁੰਦੇ ਨੇ ਫਿਰ ਚਲੋ ਜਦੋਂ ਕਿਤੇ ਉਹਨੇ ਕਲਾਸ ਮਿਸ ਕੀਤੀ ਤੇ ਮੈਂ ਉਹਨੂੰ ਟੋਕਿਆ ਮੈਂ ਕਿਹਾ ਵੀ ਕਲਾਸ ਨਹੀਂ ਤੂੰ ਲਗਾਈ ਤੂੰ ਬਾਹਰ ਘੁੰਮ ਰਿਹਾ ਕਿੰਦਾ ਸਾਰਾ ਦੇਖੋ ਸਾਰੇ ਕੰਟੀਨ ਤੇ ਬੈਠੇ ਨੇ ਤੇ ਕਲਾਸ ਨਹੀਂ ਲੱਗੀ ਕਿਉਂਕਿ ਮੈਂ ਉਧਰੋਂ ਹੀ ਆਇਆ ਸੀਗਾ ਸਾਡੇ ਉਹਨਾਂ ਦੀ ਮੈਥ ਦੀ ਕਲਾਸ ਪ੍ਰੋਫੈਸਰ ਗੁਰਦਰਸ਼ਨ ਸਿੰਘ ਬੜੇ ਸਾਡੇ ਸੀਨੀਅਰ ਟੀਚਰ ਨੇ ਉਹ ਲਗਾ ਰਹੇ ਸੀ ਕਲਾਸ ਮੈਂ ਦੇਖ ਲਿਆ ਕਿ ਇਹ ਝੂਠ ਬੋਲਦਾ ਹੈ ਮੈਂ ਉਹਨੂੰ ਬਹਾਨੇ ਨਾਲ ਲੈ ਗਿਆ ਮੈਂ ਕਿਹਾ ਚਲੋ ਉਹਨਾਂ ਡਿਪਾਰਟਮੈਂਟ ਦਾ ਕੋਈ ਕੰਮ ਕਰਨਾ ਹੈ ਕਿਉਂਕਿ ਉਹ ਐਨਸੀ ਵਿੱਚ ਵੀ ਮੇਰੇ ਕੋਲ ਕੈਡਿਟ ਸੀਗਾ ਨਾਲ ਹੌਕੀ ਦਾ ਵੀ ਪਲੇਅਰ ਸੀ ਫਿਰ ਜਦੋਂ ਉਹ ਉੱਪਰ ਆ ਗਿਆ ਫਸਟ ਫਲੋਰ ਦੇ ਉੱਪਰ ਤੇ ਫਿਰ ਮੈਂ ਅੱਗੋਂ ਕੇਰ ਕੇ ਉਹਨੂੰ ਫੜ ਲਿਆ ਫਿਰ ਗੱਲ ਤੋਂ ਫੜ ਲਿਆ ਉਹਨੂੰ ਤੁਹੋ ਪਿੰਡਾਂ ਦੇ ਕਈ ਵਾਰੀ ਬੱਚੇ ਆਹ ਜਾਉਂਦੇ ਨੇ ਵੀ ਉਹਨਾਂ ਨਾਲ ਪਿਆਰ ਨਾਲ ਹੀ ਤੁਸੀਂ ਜਦੋਂ ਤੁਹਾਡੇ ਨਾਲ ਜੁੜਿਆ ਹੋਇਆ ਐਨਸੀਸੀ ਵੀ ਕਰਦਾ ਤੇ ਹਾਕੀ ਖੇਡਦਾ ਤੇ ਉਹਦੇ ਪਰਿਵਾਰ ਨਾਲ ਵੀ ਤੁਹਾਡੇ ਰਿਲੇਸ਼ਨ ਨੇ ਫਿਰ ਬੱਚੇ ਮਾਈਂਡ ਵੀ ਨਹੀਂ ਕਰਦੇ ਭਾਵੇਂ ਕਿ ਕਾਲਜ ਵਿੱਚ ਪੜ੍ਹਦੇ ਨੇ ਮੈਂ ਕਿਹਾ ਤੂੰ ਤੇ ਕਹਿੰਦਾ ਕਲਾਸ ਨਹੀਂ ਲੱਗੀ ਆ ਕੀ ਆ ਜਦੋਂ ਮਨੋਂ ਇਸ਼ਾਰਾ ਕੀਤਾ ਤੇ ਉਹ ਕਹਿੰਦਾ ਜੀ ਮੈਂ 1 ਮਿੰਟ ਹੋਣੇ ਕਾਪੀ ਲੈ ਆ ਗਿਆ ਕਾਪੀ ਲੈ ਆ ਗਿਆ ਮੈਨੂੰ ਛੱਡਿਆ ਤੁਸੀਂ ਮੈਂ ਛੱਡਿਆ ਨਹੀਂ ਤਾਂ ਫੜ ਕੇ ਮੈਂ ਗੇਟ ਤੱਕ ਲੈ ਗਿਆ ਮੁੜ ਕੇ ਉਹਨੇ ਦੇਖਿਆ ਵੀ ਇਹਨਾਂ ਨੇ ਛੱਡਣਾ ਤੇ ਨਹੀਂ ਉਹ ਕਲਾਸ ਦੇ ਅੰਦਰ ਵੜ ਗਿਆ ਅੰਦਰ ਵੜ ਗਿਆ ਤੇ ਬੱਚੇ ਹੱਸੇ ਹੋਣੇ ਸਾਰੇ ਬਾਅਦ ਚ ਆ ਕੇ ਕ ਤਾਨੂੰ ਪਤਾ ਹੈ ਵੀ ਜੇ ਕੋ ਐਡੋ ਵਿੱਚ ਲੜਕੀਆਂ ਹੱਸਪੈਣ ਤੇ ਖਾਸ ਕਰਕੇ ਬੱਚੇ ਮੁੰਡੇ ਖਾਸ ਕਰਕੇ ਉਹ ਇਨਸਲਟ ਫੀਲ ਕਰਦੇ ਕਹਿੰਦਾ ਜੀ ਅੱਜ ਤੇ ਕੁੜੀਆਂ ਵੀ ਬੜਾ ਹੱਸੀਆਂ ਮੈਂ ਕੀ ਗੱਲ ਹੋਈ ਕਹਿੰਦਾ ਜੀ ਜਦੋਂ ਮੈਂ ਅੰਦਰ ਗਿਆ ਤੇ ਪ੍ਰੈਸਰ ਕੁਦਰਸ਼ਨ ਸਿੰਘ ਹਣੀ ਕਹਿੰਦੇ ਵੀ ਹੱਸਦੇ ਕਿਉਂ ਬੱਚਿਆਂ ਨੂੰ ਪੁੱਛਿਆ ਕਹਿੰਦੇ ਜੀ ਉਹ ਬੱਚੇ ਕਹਿੰਦੇ ਜੀ ਇਹ ਇਹ ਰਸਤਾ ਭੁੱਲ ਗਏ ਸੀ ਤੇ ਸੰਧੂ ਸਾਰੇ ਨੂੰ ਛੱਡ ਕੇ ਗਏ ਮੈਨੂੰ ਰਸਤਾ ਦਿਖਾਇਆ ਹਾਂ ਵੀ ਉਹਨਾਂ ਨੇ ਇਹਨੂੰ ਰਸਤਾ ਦਿਖਾਇਆ ਤੇ ਉਹ ਹੁਣ ਵਧੀਆ ਵੈਲ ਸੈਟਲਡ ਆ ਤੇ ਖੁਦ ਆਪ ਕਈ ਵਾਰੀ ਆਪਣੇ ਦੋਸਤਾਂ ਮਿੱਤਰਾਂ ਨੂੰ ਇਹ ਗੱਲ ਦੱਸਦਾ ਜੀ ਉਸ ਟਾਈਮ ਤੇ ਮੈਂ ਕਲਾਸਾਂ ਮਿਸ ਕਰਦੇ ਆ ਕਰਦਾ ਇਸ ਤਰ੍ਹਾਂ ਫੀਲ ਹੁੰਦਾ ਹੈ ਕਈ ਵਾਰੀ ਕਿ ਜੇ ਪੇਰੈਂਟਸ ਭਾਵੇਂ ਜੇ ਬੱਚਿਆਂ ਦਾ ਥੋੜਾ ਬਹੁਤਾ ਕੇਅਰ ਕਰਦੇ ਹੈ ਤੇ ਟੀਚਰਸ ਤੇ ਵੀ ਪ੍ਰੈਸ਼ਰ ਹੁੰਦਾ ਹੈ ਕਿ ਅਸੀਂ ਇਸ ਬੱਚੇ ਦੀ ਇਹਨੂੰ ਕਲਾਸਾਂ ਮਿਸ ਨਾ ਕਰੇ ਇੱਧਰ ਉੱਧਰ ਫਿਰਦਾ ਜਦੋਂ ਦੇਖਦੇ ਆਂ ਅਸੀਂ ਉਹਨੂੰ ਕਿੰਨੇ ਕਲਾਸਾਂ ਲਗਾਓ ਦੇਖੋ ਇਸ ਗੱਲ 'ਚੋ ਕਹਿੰਦਾ ਭਾਵੇਂ ਹੈ ਕਿ ਅਗਰ ਟੀਚਰ ਕਨਸਰਨਡ ਹੈ ਕਲਾ ਇਨੀ ਵੀ ਕਲਾਸ ਬਣਾ ਕੇ ਚਲੇਗੇ ਅਗਰ ਹਰ ਟੀਚਰ ਇਸ ਦਾ ਧਿਆਨ ਰੱਖੇ ਕਿ ਹਾਂ ਵੀ ਇਹ ਬੱਚੇ ਦਾ ਤਾਂ ਪੀਰੀਅਡ ਲੱਗਾ ਹੋਇਆ ਹੈ ਇਹ ਬਾਹਰ ਕਿਉਂ ਹੈ ਤਾਂ ਥੋੜੀ ਜੀ ਐਕਸਰਸਸ ਕਰਨ ਦੀ ਲੋਡ ਹੁੰਦੀ ਹੈ ਫਿਰ ਬੱਚਿਆਂ ਦੇ ਮਨ ਦੇ ਅੰਦਰ ਡਰ ਹੋ ਜਾਂਦਾ ਹੈ ਬਸ ਅਗਰ ਹਰ ਟੀਚਰ ਹਰ ਅਧਿਆਪਕ ਇਹ ਸੋਚਣ ਲੱਗ ਪਵੇ ਕਿ ਹਾਂ ਅਸੀਂ ਬੱਚਿਆਂ ਨੂੰ ਕਲਾਸਰੂਮ ਤੋਂ ਬਾਹਰ ਵੀ ਜਦੋਂ ਅਸੀਂ ਆ ਗਏ ਆ ਤਾਂ ਧਿਆਨ ਰੱਖਣਾ ਤਾਂ ਵਿਦਿਆਰਥੀਆਂ ਦੇ ਵਿੱਚ ਬਹੁਤ ਸੁਧਾਰ ਹੋਣ ਦੀ ਸੰਭਾਵਨਾ ਹੈਗੀ ਏ ਇੱਕ ਇਹ ਕਸਾ ਮੈਂ ਦੱਸਣਾ ਚਾਹੁੰਦਾ ਕਿ ਸਕੂਲ ਦੇ ਵਿੱਚੋਂ ਬੱਚੇ ਇਹਨਾਂ ਕੋ ਪੜ ਕੇ ਆਉਂਦੇ ਬਾਅਦ ਕਾਲਜ ਸਾਡੇ ਕੋਲ ਆ ਜਾਂਦੇ ਆ ਤੇ ਉਹਨਾਂ ਨੂੰ ਪਤਾ ਲੱਗਦਾ ਕਿ ਇਹ ਮਨਵਿੰਦਰ ਮੈਡਮ ਦੇ ਹਸਬੈਂਡ ਨੇ ਇਹ ਇਹ ਜਿਆਦਾ ਪਲਾਈਟ ਨੇ ਮੈਂ ਥੋੜਾ ਜਿਆਦਾ ਕਈ ਵਾਰੀ ਸਖਤੀ ਵਰਤਦਾ ਜਦੋਂ ਨਵੇਂ-ਨਵੇਂ ਆਉਂਦੇ ਕਿ ਮੈਂ ਵਕ ਵਕ ਸੂਲਾਂ ਤੋਂ ਆਉਂਦੇ ਆ ਉਹ ਕਈ ਵਾਰੀ ਹਰਾਨ ਹੋਣਗੇ ਵੀ ਇਹ ਇਹਨਾਂ ਦਾ ਬੜਾ ਫਰਕ ਹੈ ਸੁਭਾਅ ਦਾ ਦੇਨ ਦਾ ਹਰਤ ਸਾਊਥ ਦਾ ਜਿਹੜਾ ਮੇਲ ਕਿਵੇਂ ਹੋ ਗਿਆ ਪਤਾ ਵੀ ਜਿਵੇਂ ਜਿਵੇਂ ਪ੍ਰਾਣੇ ਹੁੰਦੇ ਜਾਂਦੇ ਨੇ ਸੈਕਿੰਡ ਇਅਰ ਥਰਡ ਇਅਰ ਫਿਰ ਅਸੀਂ ਵੀ ਨਰਮ ਰੁਖ ਆਪਣਾ ਕਰਦੇ ਜਾਂਦੇ ਆ ਤੇ ਕਿਹਦੇ ਦੇਣਾ ਸੀ ਵੀ ਸਿਆਣਾ ਅਕਸਰ ਕਹਿੰਦੇ ਵੀ ਜਿੰਨੀ ਦੂਰੀ ਹੋਵੇ ਤੇ ਪਿਆਰ ਬਣਿਆ ਰਹਿੰਦਾ ਇਹ ਕਰਕੇ ਵੀ ਚਲੋ ਸਾਡੇ ਮੇਰੇ ਇਹ ਵੀ ਟੀਚਰ ਨੇ ਕਿ ਇਹਨਾਂ ਨੇ ਵੀ ਕਾਫੀ ਪੇਸ਼ੈਂਸ ਖਾਈ ਕਿਉਂਕਿ ਲਿਟਰੇਚਰ ਇਹਨਾਂ ਨੇ ਪੜਿਆ ਹੋਇਆ ਸੀ ਕਾਮਰਸ ਵਾਲੇ ਉਹਨਾਂ ਉਹਦੇ ਨਾਲ ਨਹੀਂ ਜੁੜੇ ਹੁੰਦੇ ਕਈ ਵਾਰ ਸਾਰੇ ਜਾਣੇ ਨਹੀਂ ਜੁੜੇ ਹੁੰਦੇ ਕੋਸ਼ ਟੀਚਰ ਸਾਡੇ ਲਿਟਰੇਚਰ ਦੇ ਵਿੱਚ ਵੀ ਅੱਛਾ ਉਹਨਾਂ ਨੇ ਨਾਮ ਕਮਾਇਆ ਭਾਵੇਂ ਕਾਮਰਸ ਦੇ ਹੈਗੇ ਨੇ ਜੀ ਤੇ ਇਹ ਐਡਵਾਂਟੇਜ ਰਿਹਾ ਕਿ ਚਲੋ ਸੇਮ ਲਾਈਨ 'ਚ ਹੈਗੇ ਸੀਗੇ ਤੇ ਇੱਕ ਦੂਸਰੇ ਕੋਲੋਂ ਵੀ ਸਿੱਖਣ ਨੂੰ ਕਾਫੀ ਮਿਲ ਜਾਂਦਾ ਜੀ ਡਾਕਟਰ ਸਾਹਿਬੀ ਆਖਰੀ ਸਵਾਲ ਤੁਹਾਡੇ ਦੋਨਾਂ ਤੋਂ ਹੈ ਮੇਰਾ ਕਿ ਤੁਸੀਂ ਆਪਣੇ ਤਜਰਬਿਆਂ ਮੁਤਲਕ ਗੱਲਬਾਤ ਕੀਤੀ ਤੁਸੀਂ ਵਿਦਿਆਰਥੀਆਂ ਮਾਰਫਤ ਗੱਲਬਾਤ ਕੀਤੀ ਜੋ ਇੱਕ ਸੋਸ਼ਲ এনवायरमेंट ਹੈ ਉਹ ਸਮਾਰਫਤ ਗੱਲਬਾਤ ਕੀਤੀ ਪਰ ਇੱਕ ਸਭ ਤੋਂ ਅਹਿਮ ਤੇ ਆਖਰੀ ਸਵਾਲ ਮੇਰਾ ਤੁਹਾਨੂੰ ਦੋਨਾਂ ਨੂੰ ਇਹ ਹੈ ਕਿ ਇੱਕ ਟੀਚਰ ਇੱਕ ਅਧਿਆਪਕ ਉਹ ਕਿੰਨੇ ਸਾਰੇ ਸਟ्रेस ਵਿੱਚੋਂ ਗੁਜ਼ਰਦਾ ਕਿਉਂਕਿ ਉਹਨੂੰ ਮੈਨੇਜਮੈਂਟ ਦਾ ਸਟ्रेस ਹੁੰਦਾ ਜੇਕਰ ਅਸੀਂ ਕਾਲਜ ਦੀ ਗੱਲ ਕਰੀਏ ਤਾਂ ਉਹਨੇ ਆਪਣੇ ਆਪਣੇ ਕੋਰਸ ਦੇ ਵਿੱਚ ਇੱਕ ਪਰਟੀਕੂਲਰ ਕੋਟਾ ਪੂਰਾ ਕਰਕੇ ਦੇਣਾ ਹੁੰਦਾ ਔਰ ਉਹਨੇ ਉਹ ਵੀ ਧਿਆਨ ਰੱਖਣਾ ਹੁੰਦਾ ਕਿ ਮੈਂ ਬਿਲਕੁਲ ਹੀ ਮਤਲਬ ਇਸ ਕਿਸਮ ਦੇ ਸਟੂਡੈਂਟਸ ਵੀ ਨਾ ਭਰਤੀ ਕਰ ਲਾਂ ਜਿਹੜੇ ਮੈਨੂੰ ਪੜਾਣੀ ਔਖੇ ਹੋ ਜਾਣ ਜਾਂ ਫਿਰ ਉਹਦੇ ਉਹਦੇ ਉਹਨੇ ਰਿਜ਼ਲਟਸ ਲੈ ਕੇ ਆਣੇ ਮੇਰੇ ਵਾਸਤੇ ਮੁਸ਼ਕਲ ਹੋ ਜਾਣ ਇਸੇ ਤਰ੍ਹਾਂ ਮੈਮ ਜਿਵੇਂ ਤੁਸੀਂ ਸਕੂਲ ਦੇ ਵਿੱਚ ਹੋ ਤਾਂ ਸਕੂਲ ਦੇ ਅਧਿਆਪਕਾਂ ਉਤੇ ਵੀ ਪ੍ਰੈਸ਼ਰ ਹੁੰਦਾ ਕਿ ਜਿੱਦਾਂ ਹੀ ਐਡਮਿਸ਼ਨਸ ਦਾ ਸੀਜ਼ਨ ਸ਼ੁਰੂ ਹੁੰਦਾ ਤੇ ਉਹਨਾਂ ਨੂੰ ਕਿਆ ਜਾਂਦਾ ਕਿ ਤੁਸੀਂ ਆਪ ਜਾ ਕੇ ਪਿੰਡਾਂ ਪਿੰਡਾਂ ਦੇ ਵਿੱਚ ਲੋਕਾਂ ਨੂੰ ਅਵੇਅਰ ਕਰੋ ਹੁਣ ਲੋਕੀ ਵੈਸੀ ਹੀ ਬਹੁਤ ਜ਼ਿਆਦਾ ਅਵੇਅਰ ਐ ਸੋਸ਼ਲ ਮੀਡੀਆ ਬਹੁਤ ਜ਼ਿਆਦਾ ਅ ਅੱਜਕਲ ਹਾਈਕ ਤੇ ਹੈ ਤੇ ਇਸ ਕਰਕੇ ਸਾਨੂੰ ਸਮਝਾਉਣਾ ਦੱਸਣਾ ਬਹੁਤ ਮੁਸ਼ਕਲ ਵੀ ਹੈ ਤੇ ਲੋਕ ਜਦੋਂ ਸਾਨੂੰ ਉਸ ਕਿਸਮ ਨਾਲ ਨਹੀਂ ਸੁਣਦੇ ਜਾਂ ਸਾਨੂੰ ਇਗਨੋਰ ਕਰਦੇ ਆ ਤੇ ਨਾ ਚਾਹੁੰਦੇ ਹੋયા ਵੀ ਇਹ ਕਰਨਾ ਕਿੰਨਾ ਕੋ ਪ੍ਰੈਸ਼ਰ ਰਹਿੰਦਾ ਹੈ ਡੂਰਿੰਗ ਦਾ ਜੌਬ ਹਾਂਜੀ ਇਹ ਗੁਰਨਿਤ ਅ ਅਧਿਆਪਕ ਦੇ ਉੱਪਰ ਇੱਕ ਤਾਂ ਸਟਰੈਂਥ ਦਾ ਕੋ ਜਿਹੜੇ ਪ੍ਰਾਈਵੇਟ ਸਕੂਲਸ ਨੇ ਨਾ ਅਗਰ ਸਟੂਡੈਂਟਸ ਹੈਗੇ ਨੇ ਤੇ ਅਧਿਆਪਕ ਨੇ ਜੀ ਜੇ ਸਟੂਡੈਂਟਸ ਘਟਨੇ ਤਾਂ ਫਿਰ ਅ ਅਧਿਆਪਕਾਂ ਦੀ ਵੀ ਗਿਣਤੀ ਘਟਾਉਣ ਦੇ ਵਿੱਚ ਸਕੂਲ ਨੂੰ ਕੋਈ ਨਾ ਕੋਈ ਫਸਟੈਪ ਲੈਣਾ ਪੈਂਦਾ ਠੀਕ ਹੈ ਬਿਲਕੁਲ ਅ ਦੂਸਰੀ ਗੱਲ ਵੀ ਦੇਖੋ ਜਿਵੇਂ ਪ੍ਰਾਈਵੇਟ ਸਕੂਲਸ ਨੇ ਇਹਨਾਂ ਦੀ ਸੈਲਰੀਜ਼ ਇੰਨੀ ਨਹੀਂ ਹੁੰਦੀਆਂ ਪਰ ਜਿਵੇਂ ਹਰ ਸਾਲ ਇਨਕਰੀਮੈਂਟ ਲੱਗਦੇ ਨੇ ਟੀਚਰਸ ਨੂੰ ਥੋੜੇ ਬੱਜ ਜਿੰਨੇ ਵੀ ਲੱਗਦੇ ਨੇ ਪਰ ਚਲੋ ਟੀਚਰਸ ਮੈਨੂੰ ਫਿਰ ਵੀ ਬਹੁਤ ਚਿਤਕ ਹੁੰਦਾ ਉਹ ਉਹਨੇ ਹੀ ਆਪਣੀਆਂ ਤਨਖਾਹਾਂ ਦੇ ਵਿੱਚ ਆਪਣੇ ਪਰਿਵਾਰਾਂ ਨੂੰ ਵੀ ਪਾਲਦੇ ਨੇ ਤੇ ਆਪਣਾ ਉਹਨਾਂ ਰਹਿਣ ਸਨ ਵੀ ਦੇਖਣਾ ਹੁੰਦਾ ਔਰ ਅੱਜ ਦੇ ਸਮੇਂ 'ਚ ਦੇਖੋ ਵੀ ਹਰ ਕੋਈ ਜਿਹੜਾ ਹੈ ਕਿ ਅੱਛਾ ਪਹਿਰਾਵਾ ਅੱਛਾ ਰਹਿਣ ਸਨ ਹਰ ਕੋਈ ਪਾਲਦਾ ਔਰ ਅਧਿਆਪਕ ਨੂੰ ਆਪਣੀ ਜਿੰਨੀ ਵੀ ਤਨਖਾਹ ਮਿਲਦੀ ਹੈ ਉਸ ਦੇ ਵਿੱਚ ਸੰਤੋਸ਼ ਰੱਖਣਾ ਪੈਂਦਾ ਤੇ ਅਗਰ ਸਟੂਡੈਂਟਸ ਨੇ ਤਾਂ ਇਹ ਇਨਕ੍ਰੀਮੈਂਟ ਵੀ ਤਾਂ ਹੀ ਲੱਗਦੇ ਨੇ ਇੱਕ ਤਾਂ ਦੇਖੋ ਆਰਥਿਕ ਪੱਖੋਂ ਉਹਨਾਂ ਤੇ ਬਹੁਤ ਪ੍ਰੈਸ਼ਰ ਹੁੰਦਾ ਖਾਸ ਕਰਕੇ ਉਹ ਅਧਿਆਪਕ ਜਿਨ੍ਹਾਂ ਦੇ ਬੱਚੇ ਜਿਹੜੇ ਨੇ ਹੁਣ ਹਾਇਰ ਸਟੱਡੀ ਦੇ ਵਾਸਤੇ ਆਪਣੇ ਸਕੂਲਾਂ ਵਿੱਚ ਤਾਂ ਚਲੋ ਇਨੇ ਖਰਚੇ ਨਹੀਂ ਹੁੰਦੇ ਪਰ ਜਦੋਂ ਬੱਚੇ ਕਾਲਜ ਲੈਵਲ ਜਾਂਦੇ ਫਿਰ ਉਹਨਾਂ ਦੇ ਵਿਆਹ ਸ਼ਾਦੀਆਂ ਕਰਨੀਆਂ ਇਸੋ ਦੇ ਖਰਚੇ ਔਰ ਇਸ ਤੋਂ ਇਲਾਵਾ ਰਿਜ਼ਲਟ ਹਰ ਕੋ ਨੂੰ ਹੁੰਦਾ ਕਿ ਸਾਡੇ ਜਿਹੜੇ ਰਿਜ਼ਲਟ ਅੱਛੇ ਹੋਣ ਰਿਜ਼ਲਟ ਅੱਛੇ ਹੋਣ ਔਰ ਸਟੂਡੈਂਟਸ ਜਿਹੜੇ ਨੇ ਉਹ ਡਿਸਪਲਿਨ ਚ ਰਹਿਣ ਔਰ ਉਹਨਾਂ ਦੀਆਂ ਨੋਟਬੁਕਸ ਚੈੱਕ ਕਰਨੀਆਂ ਦੇਖੋ ਜੀ ਇੱਕ ਇੱਕ ਨੋਟਬੁਕ ਨੂੰ ਚੈੱਕ ਕਰਨਾ ਹੈ ਤਾਂ ਉਹਦੇ ਲਈ ਕਿੰਨਾ ਟਾਈਮ ਚਾਹੀਦਾ ਅਸੀਂ ਜਿਵੇਂ ਦੇਖੋ ਸਾਡੇ 9 ਪੀਰੀਅਡ ਹੁੰਦੇ ਨੇ 9 'ਚ ਅਸੀਂ ਮੈਕਸਿਮਮ 6 ਪੀਰੀਅਡ ਲਗਾਣੇ ਆ ਤਿੰਨ ਫ੍ਰੀ ਨੇ ਤਿੰਨ 'ਚ ਵੀ ਇੱਕ ਪੀਰੀਅਡ ਐਡਜਸਟ ਹੋ ਜਾਂਦਾ ਜੇ ਕੋਈ ਟੀਚਰ ਨਹੀਂ ਆਉਂਦਾ ਦੋ ਪੀਰੀਅਡ ਬਚ ਗਏ ਪਿੱਛੇ ਉਸ ਦੋ ਪੀਰੀਅਡ ਦੇ ਵਿੱਚ ਵੀ ਉਹਨਾਂ ਨੋਟਬੁਕਸ ਵੀ ਚੈੱਕ ਕਰਨੀਆਂ ਨੇ ਕੋਈ ਲੈਸਨ ਪਲਾਨ ਵੀ ਕਰਨਾ ਹੈਗਾ ਜਾਂ ਚਲੋ ਕੋਈ ਆਪਣਾ ਕੋਈ ਥੋੜੀ ਔਰ টি ਬ੍ਰੇਕ ਵੀ ਲੈਣੀ ਹੁੰਦੀ ਹੈ ਤਾਂ ਉਹ ਇੱਕ ਮੈਂਟਲ ਸਟ्रेस ਤੋਂ ਬਹੁਤ ਗੁਜ਼ਰਦੇ ਨੇ ਬਾਕੀ ਬੋਰਡ ਵੱਲੋਂ ਵੀ ਕਈ ਤਰ੍ਹਾਂ ਦੇ ਫਾਰਮੈਲਿਟੀਜ਼ ਜਿਹੜੀਆਂ ਨੇ ਉਹ 15 20 ਦਿਨਾਂ ਬਾਅਦ ਕੋਈ ਨਾ ਕੋਈ ਆ ਹੀ ਰਹਿੰਦੀ ਹੈ ਉਹ ਕਾਰਵਾਈਆਂ ਜਾਂ ਸਿੱਖਿਆ ਵਿਭਾਗ ਵੱਲੋਂ ਕਈ ਤਰ੍ਹਾਂ ਦੇ ਹੋਰ ਪਰਫਾਰਮੇ ਭਰਨੇ ਤਾਂ ਫਿਰ ਇਹਨਾਂ ਦੇ ਇਗਜ਼ਾਮ ਆ ਜਾਂਦੇ ਮੰਥਲੀ ਟੈਸਟ ਹੋ ਗਏ ਫਿਰ ਇਹਨਾਂ ਦੇ ਹਾਫ ਇਅਰਲੀ ਹੋ ਗਏ ਇਸ ਤਰ੍ਹਾਂ ਕਰਕੇ ਸੋ ਟੀਚਰ ਇੱਕ ਬਹੁਤ ਸਟ्रेस ਚੋਂ ਗੁਜ਼ਰਦਾ ਔਰ ਜਿਹੜੇ ਅਧਿਆਪਕ ਨੇ ਮੈਂ ਕਿ ਨਹੀਂ ਵੀ ਫਿਰ ਵੀ ਇਹ ਦੇਖੋ ਉਹਨਾਂ ਦੇ ਆਪਣੇ ਬੱਚਿਆਂ ਨੂੰ ਵੀ ਪੜਾਉਣਾ ਹੈ ਹੈਨਾ ਆਪਣੇ ਤਾਂ ਸਟੂਡੈਂਟਸ ਨੂੰ ਪੜਾਉਣਾ ਫਿਰ ਘਰ ਜਾ ਕੇ ਆਪਣੇ ਬੱਚਿਆਂ ਨੂੰ ਵੀ ਪੜਾਉਣਾ ਤੇ ਜਿਹੜੇ ਟੀਚਰਸ ਨੇ ਬਹੁਤ ਜ਼ਿਆਦਾ ਸਟ्रेस ਚ ਰਹਿੰਦੇ ਨੇ ਔਰ ਕਈ ਵਾਰ ਉਹਨਾਂ ਨੂੰ ਸਕੂਲ ਦਾ ਕੰਮ ਘਰ ਵੀ ਲੈ ਕੇ ਆਉਣਾ ਪੈਂਦਾ ਹੈ ਤੋਂ ਅੱਜ ਦੇ ਸਮੇਂ ਦੇ ਵਿੱਚ ਅਧਿਆਪਕ ਜਿਹੜਾ ਹੈ ਮੈਨੂੰ ਲੱਗਦਾ ਸਭ ਤੋਂ ਜ਼ਿਆਦਾ ਸਟ्रेस ਦੇ ਵਿੱਚ ਉਹ ਹੈ ਖਾਸ ਕਰਕੇ ਜਿਹੜੇ ਪ੍ਰਾਈਵੇਟ ਸਕੂਲਸ ਨੇ ਜੀ ਇਦੇ ਵਿੱਚ ਜਿਹੜੀ ਮਾਰਕੀਟਿੰਗ ਦਾ ਕੰਮ ਲਿਆ ਜਾਂਦਾ ਅੱਜਕੱਲ੍ਹ ਕਈ ਕਾਲਜਾਂ ਦੇ ਵਿੱਚੋਂ ਤੇ ਇਹਦੇ ਨਾਲ ਟੀਚਰ ਦੀ ਰਿਸਪੈਕਟ ਵੀ ਘਟੀ ਆ ਕਿਉਂਕਿ ਤੁਸੀਂ ਜਿਹੜੇ ਬੱਚਿਆਂ ਨੂੰ ਕੋਈ ਲੋ ਐਡਮਿਸ਼ਨ ਲਈ ਲੈ ਕੇ ਆ ਰਹੇ ਹੋ ਮੁੜ ਕੇ ਕਲਾਸ ਦੇ ਵਿੱਚ ਤੁਸੀਂ ਉਹਨੂੰ ਪੜਾਣਾ ਆ ਤਾਂ ਜੇ ਉਹ ਡਿਸਪਲਨ ਵਿੱਚ ਨਹੀਂ ਆ ਡਿਸਪਲਨੈਂਸ ਵੀ ਲੈ ਕੇ ਆਉਣਾ ਆ ਜੀ ਤੇ ਤੁਸੀਂ ਉਹਨੂੰ ਕਿੱਦਾਂ ਡਾਂਡ ਲੋਗੇ ਜੇ ਉਹਦੇ ਲੈਕਚਰ 75% ਜਾਂ ਯੂਨੀਵਰਸਿਟੀ ਦੀਆਂ ਕੰਡੀਸ਼ਨਸ ਪੂਰੀਆਂ ਨਹੀਂ ਆ ਤੁਸੀਂ ਰੋਲ ਨੰਬਰ ਵੀ ਦੇਣਾ ਆ ਉਹਨਾਂ ਦੇ ਪ੍ਰੈਸ਼ਰ ਥੱਲੇ ਕਿ ਨੰਬਰ ਜਿਆਦਾ ਹੋਏਗਾ ਤਾਂ ਸੈਲਰੀ ਫਿਰ ਮਿਲਣੀ ਹੈ ਏਸੀ ਵੀ ਮੇਰਾ ਕਹਿਣਾ ਹੈ ਕਿ ਜੇ ਸਰਕਾਰ ਜਿਹੜੀ ਹੈਗੀ ਆ ਇਹ 100% ਫੰਡਿੰਗ ਕਰੇਗੀ ਤੇ ਟੀਚਰ ਬਿਨਾ ਸਟ्रेस ਤੋਂ ਵਧੀਆ ਪੜਾ ਸਕੇਗਾ ਮੈਂ ਕਿ ਟੀਚਰ ਦੀ ਕੁਆਲਿਟੀ ਜਿਹੜੀ ਆ ਉਹ ਇਫੈਕਟ ਕਰਦੀ ਹੈ ਕਿਉਂਕਿ ਉਹਨੂੰ ਡਾਕੂਮੈਂਟੇਸ਼ਨ ਦੇ ਵਿੱਚ ਇੰਨਾ ਜਿਆਦਾ ਕੰਮ ਕਰਨਾ ਪੈਂਦਾ ਕੋਈ ਹਿਸਾਬ ਨਹੀਂ ਜਿਹੜੇ ਸਾਡੇ ਕਾਲਜ ਲੈਵਲ ਦੇ ਉੱਪਰ ਇਹਨਾਂ ਨੇ ਅਕਾਡੈਮਿਕ ਪਰਫਾਰਮੈਂਸ ਇੰਡੀਕੇਟਰ API ਸਕੋਰ ਸਿਸਟਮ ਨੂੰ ਕਿੰਨੇ ਉਹ ਲਗਾਇਆ ਹੋਇਆ ਮੈਂ ਕਿ ਤੁਹਾਨੂੰ ਰਿਸਰਚ ਵਰਕ ਦੇ ਯੂਨੀਵਰਸਿਟੀ ਵਾਲਿਆਂ ਦੇ ਬਰਾਬਰ ਕਰਨਾ ਪੈਂਦਾ ਲੇਕਿਨ ਤੁਹਾਨੂੰ ਮਾਰਕੀਟਿੰਗ ਦਾ ਕੰਮ ਤੁਹਾਨੂੰ ਡਾਕੂਮੈਂਟੇਸ਼ਨ ਦਾ ਕੰਮ ਕਲੈਰੀਕਲ ਕੰਮ ਖੁਦ ਆਪ ਕਰਨਾ ਪੈਂਦਾ ਤੇ ਜਿਹੜੇ ਕਾਲਜ ਲੈਵਲ ਦੇ ਜਿਹੜੇ ਟੀਚਰ ਨੇ ਉਹਨਾਂ ਦੇ ਉੱਪਰ ਇਦਾਂ ਦੀਆਂ ਬੰਦਸ਼ਾ ਨਹੀਂ ਹੋਣੀਆਂ ਚਾਹੀਦੀਆਂ ਕਿਉਂਕਿ ਜਿਹੜਾ ਰਿਸਰਚ ਦਾ ਕੰਮ ਹੋ ਯੂਨੀਵਰਸਟੀਆਂ 'ਚ ਹੋਵੇ ਕਾਲਜਾਂ ਦੇ ਵਿੱਚ ਪੜ੍ਹਾਈ ਲਿਖਾਈ ਵਾਲਾ ਕੰਮ ਜਿਵੇਂ ਪਹਿਲਾਂ ਸੀਗਾ ਉਹ NCC NSS ਐਕਸਟਰਾ ਕਰਿਕੂਲਰ ਐਕਟੀਵਿਟੀਜ਼ ਦੇ ਥਰੂ ਬੱਚਿਆਂ ਨੂੰ ਜਿਆਦਾ ਗ੍ਰੋਮ ਕਰਦੇ ਆ ਡਾਕਟਰ ਸਾਹਿਬ ਜਿਵੇਂ ਫਿਰ ਵੀ ਤੁਹਾਡੇ ਕੋਲ ਘੰਟੇ ਦਾ 24 ਹੀ ਹੁੰਦੇ ਆ ਔਰ ਤੁਸੀਂ ਜੀ ਪਰਟੀਕੁਲਰਲੀ ਮੈਂ ਤੁਹਾਡੀ ਗੱਲ ਕਰਾਂ ਵੀ ਕਾਮਰਸ ਵਿਭਾਗ ਦੇ ਮੁਖੀ ਦੇ ਤੌਰ ਤੇ ਵੀ ਤੁਸੀਂ ਕੰਮ ਕਰਨਾ ਫਿਰ ਉਹ ਤੋਂ ਬਾਅਦ ਗੇਮਸ ਦੀ ਗੱਲ ਵੀ ਆਉਂਦੀ ਉਹ ਵੀ ਦੇਖਣੇ ਤੇ ਫਿਰ ਮੋਰਓਵਰ ਲੈਕਚਰਸ ਦੀ ਮੇਨਟੇਨ ਕਰਨੇ ਪਰ ਤੁਸੀਂ ਲੈਕਚਰਸ ਲੈਂਦੇ ਤਾਂ ਉਹ ਤੋਂ ਪਹਿਲਾਂ ਲੈਕਚਰਸ ਦੀ ਤਿਆਰੀ ਵੀ ਕਰਨੀ ਪੈਂਦੀ ਹੈ ਸੋ ਤੁਸੀਂ ਕਿਵੇਂ ਆਪਣਾ ਸ케ਜੂਲ ਕਰਦੇ ਹੋ ਉਹਦੇ ਵਿੱਚ ਜੇ ਮੈਂ ਪਰਸਨਲੀ ਆਪਣੀ ਗੱਲ ਕਰਾਂ ਤਾਂ ਦੇਖੋ ਸਾਡਾ ਕਾਲਜ ਵਧੀਆ ਚੱਲਦਾ ਸਾਨੂੰ ਐਡਮਿਸ਼ਨ ਦੀ ਇੰਨੀ ਪ੍ਰੋਬਲਮ ਨਹੀਂ ਹੈਗੀ ਸਾਡੀ ਮੈਨੇਜਮੈਂਟ ਵੀ ਅੱਛੀ ਹੈ ਤੇ ਹਾਈਲੀ ਕੁਆਲੀਫਾਈਡ ਔਰ ਸਾਨੂੰ ਪੂਰੇ ਪੇਸਕੇਲ ਵੀ ਮਿਲਦੇ ਆ ਪਰ ਸਾਡੇ ਜਿਹੜੇ ਐਡ ਹਾਕ ਵਾਲੇ ਸਟਾਫ ਆ ਉਹਨਾਂ ਦੀਆਂ ਬਹੁਤ ਸਾਰ ਪ੍ਰੋਬਲਮਸ ਨੇ ਕਿਉਂਕਿ 12-12 ਸਾਲ ਕਈਆਂ ਨੂੰ 10-10 ਸਾਲ ਤੋਂ ਉੱਪਰ ਹੋ ਗਏ ਉਹਨਾਂ ਦਾ ਇੱਕ ਵੀ ਰੁਪਈਆ ਇਨਕਰੀਮੈਂਟ ਉਹਨਾਂ ਦੀ ਨਹੀਂ ਲੱਗਦੀ ਉਹ ਸਟ्रेस ਦੇ ਵਿੱਚ ਕੰਮ ਕਰਦੇ ਆ ਕੋਈ ਡਾਊਟ ਨਹੀਂ ਇਹਦੇ ਵਿੱਚ ਪਰਸਨਲੀ ਜਿਹੜੇ ਮੈਂ ਆਪਣੀ ਗੱਲ ਕਰਾਂ ਤਾਂ ਕਿਉਂਕਿ ਮੈਂ ਜਿਹੜਾ ਮੇਰਾ ਲਾਈਫ ਸਟਾਈਲ ਹੀ ਇਦਾਂ ਦਾ ਕਿਉਂਕਿ ਐਨਸੀਸੀਵੀ 21 ਸਾਲ ਕੀਤੀ ਡਿਸਪਲਨ ਹੈਗਾ ਐਕਸਟਰਾ ਐਫਰਟ ਕਰ ਸਕਦਾ ਆ ਕਿਉਂਕਿ ਐਕਸਟਰਾ ਟ੍ਰੈਵਲ ਕਰਨਾ ਤੁਹਾਨੂੰ ਪਏਗਾ ਜੇ ਤੁਸੀਂ ਰਿਸਪੈਕਟ ਗੇਨ ਕਰਨੀ ਹੈ ਰਾਤ ਨੂੰ 12 ਵਜੇ ਚਾਹੇ 1 ਵਜੇ ਤੇ ਮੈਂ ਆਪਣਾ ਕੰਮ ਜਿਹੜਾ ਹੈਗਾ ਘਰ ਆ ਕਰਕੇ ਫਿਰ ਸੌਣਾ ਹੈ ਕਈ ਵਾਰੀ अर्ਲੀ ਇਨ ਦਾ ਮਾਰਨਿੰਗ ਉੱਠਦਾ ਆ ਤਾਂ ਮੈਂ ਆਪਣਾ ਜਿਹੜਾ ਸੌਣ ਦਾ ਟਾਈਮ ਆ ਉਹ ਘਟਾਉਣਾ ਹੈ ਤੇ ਉਹਦੇ ਨਾਲ ਕੀ ਹੈ ਤੁਹਾਡੀ ਜਿਹੜੀ ਹੈਲਦੀ ਲਾਈਫ ਹੈ ਉਹ ਸਫਰ ਕਰਦੀ ਹੈ ਸੀ ਪਹਿਲਾ ਮੈਂ ਜਦੋਂ ਯੰਗ ਸੀਗਾ ਤੇ ਉਸ ਟਾਈਮ ਤੇ ਡਾਕੂਮੈਂਟੇਸ਼ਨ ਘੱਟ ਸੀ ਅਸੀਂ ਗਰਾਊਂਡੋ ਦੇ ਵਿੱਚ ਬੱਚਿਆਂ ਨਾਲ ਖੇਡਦੇ ਸੀ ਤੇ ਬਹੁਤ ਸਾਰੇ ਮੇਰੇ ਆ ਜਿਹੜੇ ਚੈਸ ਦੇ ਚੈਂਪੀਅਨ ਬਣੇ 플레이ਰ ਤੇ ਉਹਨਾਂ ਨੂੰ ਰੋਲ ਆਫ ਆਨਰ ਮਿਲੇ ਉਹਨਾਂ ਨੂੰ ਨੌਕਰੀਆਂ ਮਿਲੀਆਂ ਐਨਸੀਸੀ ਦੇ ਮੇਰੇ ਜਿਹੜੇ ਹੈਗੇ ਨੇ ਐਸਐਸਬੀ ਕਲੀਅਰ ਕਰਨ ਤੋਂ ਬਾਅਦ ਕਮਿਸ਼ਨਡ ਆਫੀਸਰ ਬਣੇ ਪਰ ਜਦੋਂ ਤਾਂ ਇਦਾਂ ਦਾ ਬੋਝ ਪੈ ਗਿਆ ਤੇ ਤੁਹਾਡੇ ਕੋਲੋਂ ਡਾਕੂਮੈਂਟੇਸ਼ਨ ਹੀ ਨਹੀਂ ਪੂਰੀ ਹੁੰਦੀ ਤਾਂ ਤੁਸੀਂ ਜਰਾ ਹਾਂ ਪ੍ਰੋਡਕਟਿਵਿਟੀ ਘਟਦੀ ਹੈ ਕੁਆਲਿਟੀ ਆਫ ਲਾਈਫ ਘਟਦੀ ਹੈ ਜੇ ਟੀਚਰ ਹੈਲਦੀ ਵੈਲਦੀ ਹੈ ਤਾਂ ਉਹ ਖੁਸ਼ ਹੈ ਜੀ ਸੈਟੀਸਫਾਈਡ ਹੈ ਤਾਂ ਬੈਟਰ ਪਰਫਾਰਮ ਕਰੇਗਾ ਕਲਾਸ ਦੇ ਵਿੱਚ ਉਹਦੀ ਪਰਫਾਰਮੈਂਸ ਬਹੁਤ ਬੈਟਰ ਹੋ ਜਾਏਗੀ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਬੜੇ ਆਲਾ ਤਰੀਨ ਤਰੀਕੇ ਦੇ ਨਾਲ ਸਾਡੇ ਨਾਲ ਗੱਲਬਾਤ ਕੀਤੀ ਆਪਣੇ ਤਜਰਬੇ ਵਿੱਚੋਂ ਮਿੱਠੀਆਂ ਯਾਦਾਂ ਸਾਂਝੀਆਂ ਵੀ ਕੀਤੀਆਂ ਸੋ ਦੋਸਤੋ ਅੱਜ ਦੀ ਇਸ ਡਿਸਕਸ਼ਨ ਮਾਰਫਤ ਇਸ ਪ੍ਰੋਗਰਾਮ ਦੇ ਵਿੱਚ ਜੋ ਵੀ ਗੱਲਾਂ ਬਾਤਾਂ ਹੋਈਆਂ ਮੈਂ ਇਸ ਨੂੰ ਓਪਨ ਐਂਡਿਡ ਹੀ ਛੱਡਾਂਗੀ ਤੇ ਇਸ ਦਾ ਜਵਾਬ ਜਿਹੜਾ ਉਹ ਤੁਸੀਂ ਖੁਦ ਬਖੁਦ ਪਾ ਲੋਗੇ ਔਰ ਮੈਨੂੰ ਲੱਗਦਾ ਕਿ ਤੁਸੀਂ ਪਲੀ ਪਾਂਤ ਜਾਣਦੇ ਵੀ ਹੋਵੋਗੇ ਮੈਂ ਉਮੀਦ ਕਰਦੀ ਹਾਂ ਕਿ ਅੱਜ ਦੀ ਗੱਲਬਾਤ ਤੁਹਾਡੇ ਲਈ ਰੋਮਾਂਚ ਭਰਪੂਰ ਰਹੀ ਹੋਵੇਗੀ ਤੁਹਾਨੂੰ ਵਧੀਆ ਲੱਗਿਆ ਹੋਵੇਗਾ ਉਮੀਦ ਕਰਦੇ ਹਾਂ ਕਿ ਅੱਜ ਦਾ ਪ੍ਰੋਗਰਾਮ ਤੁਸੀਂ ਸਾਰਿਆਂ ਨੇ ਪਸੰਦ ਕੀਤਾ ਹੋਣਾ ਮੈਨੂੰ ਗੁੱਡ ਨਾਈਟ ਨੂੰ ਦਿਓ ਪ੍ਰੋਗਰਾਮ ਅਨਮਿਊਟ ਕਿਸੇ ਨੂੰ ਇੱਥੇ ਹੀ ਖਤਮ ਕਰਨ ਦੀ ਇਜਾਜ਼ਤ ਬਹੁਤ ਬਹੁਤ ਸ਼ੁਕਰੀਆ